ਬਣ ਜਾ ਕੰਸੀ ਤੰਮ ਕਿਨਹੀਂ ਲੌਂਗ ਸੁਪਾਰੀ ਸੰਤੋ ਮਹਾਂਗੋਵਿੰਦ ਕੋ ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਓ ਨਰ ਮੋਲਕ ਛੂਟ ਗਈ ਸੰਸਾਰੀ ਉਹ ਬੰਧਨ ਟੁੱਟ ਜਾਣਗੇ ਸਤਿਗੁਰ ਦੀ ਸੰਗਤ ਕਰ ਲੈ ਬੰਧਨ ਟੁੱਟ ਜਾਣਗੇ ਸਤਿਗੁਰ ਦੀ ਸੰਗਤ ਕਰ ਲੈ ਕਰ ਲੈ ਬੰਧਨ ਟੁੱਟ ਉਹ ਬੰਧਨ ਟੁੱਟ ਜਾਣਗੇ ਬੱਕਰਾਂ ਦੀ ਸੰਗਤ ਕਰ ਲੈ ਬੰਧਨ ਟੁੱਟ ਜਾਣਗੇ ਅਸੂ ਦੀ ਸੰਗਤ ਕਰ ਲੈ ਸੰਗਤ ਕਰ ਲੈ ਬੰਧਨ ਟੁੱਟ ਸਤਿਗੁਰ ਦੀ ਸੰਗਤ ਕਰ ਲੈ ਸਤਿਗੁਰ ਦੀ ਸੰਗਤ ਕਰ ਲੈ ਸਤਿਗੁਰ ਦੀ ਸੰਗਤ ਕਰ ਲੈ ਸਤਿਗੁਰ ਦੀ ਸੰਗਤ ਪਿਆਰੇ ਨੂੰ ਸਤਿਗੁਰ ਦੀ ਸੰਗਤ ਪਿਆਰੇ ਸਤਿਗੁਰ ਦੀ ਸੰਗ
ਸੰਗਤ ਨਿਆਣਿਓ, ਸਤਿਗੁਰੂ ਦੀ ਸੰਗਤ ਨਿਆਣਿਓ, ਸਤਿਗੁਰੂ ਦੀ ਬੰਧਨ ਟੁੱਟ ਜਾਣਗੇ, ਸਤਿਗੁਰੂ ਦੀ ਸੰਗਤ ਕਰ ਲੈ, ਬੰਧਨ ਟੁੱਟ ਜਾਣਗੇ, ਸਤਿਗੁਰੂ ਦੀ ਸੰਗਤ ਕਰ ਲੈ, ਬੰਧਨ ਜਾਸ ਕੇ ਹੋਆ ਸਾਧੂ ਸੰਗ, ਸਤਿਗੁਰੂ ਦੀ ਸਤਸੰਗਤ, ਸਤਿਗੁਰੂ ਦੀ ਉਪਮਾ ਵਡਿਆਈ, ਆਪ ਸਰਬ ਸੰਗਤਾਂ ਮਾਈ ਭਾਈ ਵੀਰ ਬਜ਼ੁਰਗ ਆਪੋ ਆਪਣੇ ਲੱਖਾਂ ਸਮਿਆਂ ਵਿੱਚੋਂ ਕੀਮਤੀ ਸਮੇਂ ਦੀ ਸੰਭਾਲਣਾ ਕਰਨ ਵਾਸਤੇ ਸ਼ਹਿਨਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਅੰਮ੍ਰਿਤ ਵਚਨ ਸਾਦਕੀ ਬਾਣੀ, ਅੰਮ੍ਰਿਤ ਵਚਨ ਸਤਿਗੁਰੂ ਦੇ ਸ਼ਾਹੀ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਆਪ ਆਪੋ ਆਪਣੇ ਸਥਾਨ ਪਰ ਬੈਠ ਕਰ ਆਨੰਦ ਪ੍ਰਾਪਤ ਕਰੋ, ਜਿੱਥੇ ਤੱਕ ਵੀ ਬੜੇ ਆਰਾਮ ਨਾਲ ਸੁਣਦੇ, ਕਿਉਂਕਿ ਲੈਣਾ ਤਾਂ ਇੱਕ ਲਾਭ ਹੈ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਅਸੀਂ ਇੱਕ ਲਾਹਾ ਲੈਣ ਵਾਸਤੇ ਆਏ ਹਾਂ, ਉਹ ਲਾਹਾ ਇੱਕ ਸਤਸੰਗਤ ਦਾ ਹੈ, ਨਾਮ ਦਾ ਲਾਹਾ ਹੈ, ਵਿਚਾਰ ਹੈ ਕੁਛ, ਟੁੱਟੇ ਬੰਧਨ ਜਾਸ ਕੇ, ਉਹ ਬੰਧਨ ਜਿਹੜੇ ਸਾਡੇ ਆਲੇ ਦੁਆਲੇ, ਮਾਤਾ ਪਿਤਾ ਦਾ ਬੰਧਨ, ਭੈਣ ਭਰਾ ਦਾ ਬੰਧਨ, ਔਰ ਕਿੰਨੇ ਬੰਧਨ ਹਨ ਜਿਨ੍ਹਾਂ ਨੇ ਸਾਨੂੰ ਬੰਨਿਆ ਪਿਆ, ਜੀਵ ਆਤਮਾ ਨੱਥਿਆ ਪਿਆ,
ਉਹ ਸਮਾਂ ਕਿਹੜਾ ਗਿਆ, ਸਮਿਆਂ ਵਿੱਚੋਂ ਸਮਾਂ ਕਿਹੜਾ ਪਲ ਹੈ। ਸਾਈ ਕੜੀ ਸੁਲੱਖਣੀ ਸ਼ਾ ਨਾਲ ਵਿਹਾਵੇ, ਕੋਈ ਕਿਸੇ ਚੀਜ਼ ਦਾ ਵਪਾਰੀ ਹੈ, ਕੋਈ ਕਿਸੇ ਵਸਤੂ ਦਾ ਸੌਦਾਗਰ ਹੈ, ਸੌਦਾ ਵੇਚਦਾ ਹੈ, ਪਰ ਸਤਿਗੁਰੂ ਦੇ ਪਿਆਰੇ ਤਾਂ ਇੱਕ ਨਾਮ ਦਾ ਕਿਨ ਹੀ ਬਣ ਜਾ ਕੰਸ਼ੀ ਤਾਂਬਾ। ਇਹਦੇ ਦੋ ਅਰਥ ਭਾਵ ਤੇ ਸਰਲ ਅਰਥ, ਕਿਨ ਹੀ ਬਣ ਜਾ ਕੰਸ਼ੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਬਣ ਜਾ ਨਾਮ ਗੋਬਿੰਦ ਕਾ। ਹਰੀ ਦੇ ਗੋਬਿੰਦ ਕਾ ਨਾਮ ਸਾਧੂਆਂ ਨੇ ਬਣ ਜਿਆ ਹੈ, ਭਾਵ ਵਰਤਾਇਆ ਹੈ, ਜਿਸ ਨੂੰ ਅਸੀਂ ਲੈਣ ਵਾਸਤੇ ਅਧਿਕਾਰੀ ਬਣ ਕੇ, ਜੇ ਸਾਡਾ ਪਾਤਰ ਹੀ ਖਰਾਬ ਹੈ, ਜੇ ਸਾਡਾ ਭਾਂਡਾ ਹੀ ਹੁੱਛ ਹੈ, ਜੇ ਸਾਡਾ ਬਰਤਨ ਸਾਫ ਨਹੀਂ, ਤਾਂ ਵਸਤੂ ਪਵੇਗੀ ਕਿੱਥੇ। ਜੇ ਵਸਤੂ ਲੈਣ ਵਾਸਤੇ ਜਾਣਾ, ਪਹਿਲਾਂ ਆਪਦੇ ਘਰੋਂ ਭਾਂਡਾ ਲੈ ਕੇ ਜਾਣਾ, ਫਿਰ ਉਹ ਭਾਂਡਾ ਸਾਫ ਹੋਵੇ। ਜੇ ਉਸ ਭਾਂਡੇ ਵਿੱਚ ਕੋਈ ਮੈਲ ਕੁਚੈਲ ਲੱਗੀ ਹੈ, ਜਿਸ ਵਸਤੂ ਨੂੰ ਲੈਣ ਗਏ ਹਾਂ ਉਹ ਵਸਤੂ ਖਰਾਬ ਵੀ ਹੋ ਸਕਦੀ ਹੈ, ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨਾਂ ਵਿੱਚ ਟਿਕਦਾ ਹੈ, ਕਿਸੇ ਹੋਰ ਬਰਤਨਾਂ ਵਿੱਚ ਪਾ ਦਈਏ ਫਟ ਜਾਂਦਾ ਹੈ। ਪਰਮੇਸ਼ਰ ਦਾ ਨਾਮ ਸ਼ੇਰਨੀ ਦਾ ਦੁੱਧ ਹੈ, ਇਹ ਉਸੀ ਹਿਰਦੇ ਵਿੱਚ ਟਿਕੇਗਾ। ਸਾਡਾ ਹਿਰਦਾ ਸੋਨੇ ਦਾ ਬਰਤਨ ਹੈ, ਉਹ ਹਿਰਦੇ ਵਿੱਚ ਟਿਕੇਗਾ ਜਿਹੜਾ ਹਿਰਦਾ ਬਿਲਕੁਲ ਸੋਨੇ ਦਾ, ਜਿਹਦੇ ਅੰਦਰ ਕੋਈ ਮਿਲਾਵਟ ਨਹੀਂ, ਜਿਸ ਵਿੱਚ ਕੋਈ ਮਿਲਾਵਟ ਹੈ, ਜਿਸ ਹਿਰਦੇ ਵਿੱਚ ਕੋਈ ਦੂਈ ਦਵੈਤ ਹੈ, ਉੱਥੇ ਕਦੇ ਨਾਮ ਨਹੀਂ ਟਿਕੇਗਾ। ਨਾਮ ਉੱਥੇ ਟਿਕੇਗਾ ਜਿੱਥੇ ਹਿਰਦਾ ਸ਼ੁੱਧ ਹੈ। ਮਹਾਰਾਜ ਫੁਰਮਾਨ ਕੀ ਕਰਦੇ ਨੇ, ਕਲਗੀ ਵਾਲੇ ਪਾਤਸ਼ਾਹ ਵੱਲ ਕੁਛ ਧਿਆਨ ਦੇਈਏ। ਦਸਮ ਪਾਤਸ਼ਾਹ ਸੱਚਖੰਡ ਦਾ ਤਿਆਰਾ ਕਰੀ ਖੜੇ ਨੇ। ਮਹਾਰਾਜ ਨੇ ਆਖਿਆ, ਐ ਸਿੰਘੋ, ਐ ਗੁਰੂ ਪਿਆਰਿਓ, ਅੱਜ ਸਾਨੂੰ ਹੁਕਮਨਾਮਾ ਆ ਗਿਆ, ਅਸੀਂ ਹੁਣ ਇਸ ਦੁਨੀਆਂ ਤੋਂ ਆਪਦਾ ਇਹ ਦੇਹੀ ਦਾ ਤਿਆਗ ਕਰਕੇ ਜਾ ਰਹੇ ਹਾਂ। ਪੰਜ ਸਿੰਘਾਂ ਨੇ ਗਲ ਚ ਪੱਲਾ ਪਾ ਲਿਆ, ਹੇ ਸੱਚੇ ਪਾਤਸ਼ਾਹ, ਜੇ ਆਪ ਤੁਸੀਂ ਅੱਜ ਸੱਚਖੰਡ ਨੂੰ ਜਾ ਰਹੇ ਹੋ, ਬ੍ਰਹਿਮੰਡ ਨੂੰ ਜਾ ਰਹੇ ਹੋ, ਅਮਰ ਲੋਕ ਨੂੰ ਜਾ ਰਹੇ ਹੋ, ਬੈਕੁੰਠ ਨੂੰ ਜਾ ਰਹੇ ਹੋ, ਪਾਤਸ਼ਾਹ ਸਾਨੂੰ ਵੀ ਕਿਸੇ ਦੇ ਲੜ ਲਾ ਦਿਓ। ਅੱਜ ਤੋਂ ਬਾਅਦ ਅਸੀਂ ਕਿਹੜੇ ਗੁਰੂ ਦੇ ਚਰਨਾਂ 'ਚ ਜਾ ਕੇ ਕੁਛ ਬੇਨਤੀ ਕਰਾਂਗੇ। ਮਹਾਰਾਜ ਕਹਿੰਦੇ, ਸਿੰਘੋ ਆਓ,
ਮੈਂ ਤੁਹਾਨੂੰ ਰਹਿੰਦੀ ਦੁਨੀਆ ਤੱਕ ਇੱਕ ਸਤਿਗੁਰਾਂ ਦੇ ਚਰਨਾਂ ਵਿੱਚ ਤੁਹਾਡਾ ਥਾਂ ਬਣਾ ਕੇ ਜਾਵਾਂ ਕੁਛ ਟਿਕਾਣਾ। ਮੈਨੂੰ ਇੱਕ ਹੁਕਮਨਾਮਾ ਆਇਆ ਕਿਹਦਾ? ਮੈਨੂੰ ਇੱਕ ਅਕਾਲ ਦਾ ਹੁਕਮਨਾਮਾ ਹੈ। ਇੱਕ ਹੈ ਕਾਲ, ਕਾਲ ਦੇ ਵਿੱਚ ਆਪਾਂ ਸਾਰੇ ਹੀ ਹਾਂ, ਆਪਾਂ ਕਾਲ ਦੇ ਵਿੱਚ ਪੈਦਾ ਹੋਏ ਹਾਂ, ਕਾਲ ਦੇ ਵਿੱਚ ਹੀ ਚਲੇ ਜਾਣਾ। ਪਰ ਅਕਾਲ ਕੌਣ ਹੈ? ਅਕਾਲ ਮੂਰਤ, ਉਹ ਕੈਸੀ ਹੈ ਮੂਰਤ? ਉਹ ਅਕਾਲ ਹੈ, ਉਹਨੇ ਕਾਲ ਨੂੰ ਜਿੱਤਿਆ ਹੋਇਆ ਹੈ। ਹੇ ਸਿੰਘੋ, ਹੇ ਭਗਤ ਜਨੋ, ਅੱਜ ਮੈਨੂੰ ਉਸ ਅਕਾਲ ਪੁਰਖ ਦਾ ਇੱਕ ਹੁਕਮਨਾਮਾ ਆਇਆ, ਸੁਣੋ ਪਿਆਰ ਨਾਲ ਜਰਾ। ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਇਹ ਅਕਾਲ ਦਾ ਹੁਕਮਨਾਮਾ ਆਇਆ। ਆਗਿਆ ਪਈ ਤਵੀ ਚਲਾਇਓ ਪੰਥ, ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਤਵੀ ਚਲਾਇਓ, ਆਗਿਆ ਪਈ ਅਕਾਲ ਕੀ, ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਭਾਈ, ਸਭ ਸਿੱਖਣ ਨੂੰ ਹੁਕਮ ਹੈ, ਅੱਜ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ, ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਜੋ ਪ੍ਰਭ ਕੋ ਮਿਲਵੋ ਚਾਹੇ, ਜੋ ਪ੍ਰਭ ਕੋ ਮਿਲਵੋ ਚਾਹੇ, ਕੁਝ ਸ਼ਬਦ ਮੋਹਿਲੇ, ਆਗਿਆ ਪਈ ਅਕਾਲ ਕੀ,
ਆਗਿਆ ਪਈ ਉਤਾਰ ਕੀ ਜੋ ਪ੍ਰਭ ਕੋ ਮਿਲ ਬੋ ਚਾਹੀਏ ਜੋ ਵੀ ਕੋਈ ਭਾਈ ਮਿਲਣਾ ਚਾਹੁੰਦਾ ਭਗਵਾਨ ਨੂੰ ਮਹਾਰਾਜ ਕਹਿੰਦੇ ਪਰ ਕਿੱਥੇ ਸ਼ਰਤ ਰੱਖ ਦਿੱਤੀ ਸਾਡੇ ਕੋਲੋਂ ਸ਼ਰਤ ਨਹੀਂ ਭੇਟਾ ਹੁੰਦੀ ਜਿਹੜਾ ਵੀ ਕੋਈ ਮਿਲਣਾ ਚਾਹੇ ਉਹ ਆ ਕੇ ਮਿਲ ਸਕਦਾ ਇੱਥੋਂ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਜਿਸ ਰਸਤੇ ਕੋਈ ਰਸਤਾ ਦੇਖਿਆ ਬਾਣੀ ਨੇ ਤਾਂ ਸਾਨੂੰ ਇਸ਼ਾਰਾ ਕੀਤਾ ਹੁਣ ਅਸੀਂ ਸੰਗਤ ਕਰਨੀ ਹੈ ਉਹਨਾਂ ਦੀ ਜਿਨ੍ਹਾਂ ਨੇ ਇਸ ਮਾਰਗ ਤੇ ਚੱਲ ਕੇ ਕੁਛ ਪ੍ਰਾਪਤੀ ਕੀਤੀ ਹੈ ਇਹ ਤੁਹਾਨੂੰ ਕਿਵੇਂ ਮਿਲਿਆ ਮਹਾਰਾਜ ਕਹਿੰਦੇ ਕੋਈ ਯਤਨ ਕੀਤਾ ਤੁਸੀਂ ਜਾਏ ਪੁੱਛੋ ਸੁਹਾਗਣੀ ਉਹਨਾਂ ਨੂੰ ਪੁੱਛੋ ਸੁਹਾਗਵਤੀਆਂ ਨੂੰ ਤੁਸੀਂ ਕੀ ਯਤਨ ਕੀਤੇ ਨੇ ਪਤੀ ਨੂੰ ਭਗਵਾਨ ਨੂੰ ਪਾਉਣ ਵਾਸਤੇ ਕੀ ਤੁਸੀਂ ਆਪ ਦਾ ਕੀ ਯਤਨ ਕੀਤਾ ਕੋਈ ਖੇਡ ਜਾਂ ਕੋਈ ਤੁਹਾਡਾ ਐਸਾ ਜੀ ਬਦੋ ਕੀ ਹੁਕਮ ਚ ਰਹੇ ਅਕਾਲ ਪੁਰਖ ਦਾ ਵੀ ਕੋਈ ਹੁਕਮ ਨਾਮ ਹੈ ਸੱਤ ਸੰਤੋਖ ਵਿਚਾਰ ਜਿਨ੍ਹਾਂ ਦੇ ਪੱਲੇ ਵਿੱਚ ਸੱਤ ਹੈ ਸੰਤੋਖ ਨਾਮ ਕੋਈ ਸ਼ਬਦ ਦੀ ਵਿਚਾਰ ਉਹਨਾਂ ਨੂੰ ਕੁਛ ਆਤਮ ਗਿਆਨ ਆਇਆ ਮਹਾਰਾਜ ਕਹਿੰਦੇ ਆਓ ਸਿੰਘੋ ਪਿਆਰ ਵਿੱਚ ਆ ਕੇ ਬੈਠੋ ਨਿਰੰਕਾਰ ਦਾ ਰੂਪ ਬਣਾ ਦਿੱਤਾ ਗੁਰੂ ਦਾ ਦਰਜਾ ਦੇ ਦਿੱਤਾ ਗੁਰ ਸ਼ਬਦ ਸ਼ਬਦ ਦਾ ਰੂਪ ਗੁਰਬਾਣੀ ਸ਼ਿਵ ਏਦੋਂ ਪਰੇ ਹੁਣ ਅਵਸਥਾ ਉਹਨਾਂ ਭਗਤਾਂ ਦੀ ਪੈਗੰਬਰਾਂ ਦੀ ਰਿਸ਼ੀਆਂ ਦੀ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਫਿਰ ਸਾਡੇ ਬੰਧਨ ਉਦੋਂ ਟੁੱਟਦੇ ਨੇ ਜਦੋਂ ਅਸੀਂ ਮਹਾਂਪੁਰਖ ਦੀ ਸੰਗਤ ਕਰਦੇ ਹਾਂ ਸੰਗਤ ਵੀ ਸੇਵਾ ਵੀ ਨਿਸ਼ਕਾਮ ਤੇ ਸਹਿਕਾਮ ਕਰਨੀ ਕੁਛ ਮੰਗ ਨਾ ਰੱਖਣੀ ਨਿਸ਼ਕਾਮ ਸੇਵਾ ਉਹ ਫਿਰ ਭਗਵਾਨ ਉਹਦੀਆਂ ਮੰਗਾਂ ਆਪੇ ਪੂਰੀਆਂ ਕਰ ਦਿੰਦਾ ਉਹਦੀ ਮੰਗ ਦੀ ਕਿਤੇ ਬਾਕੀ ਰਹਿ ਜਾਂਦੀ ਹੈ ਉਹ ਤਾਂ ਬਿਨ ਬੋਲਿਆਂ ਸਭ ਕੇ ਜਾਣਦਾ ਬਿਨਾਂ ਬੋਲੇ ਤੇ ਸਭ ਕੁਛ ਪੇਟਾ ਅਦਾ ਕਰ ਦਿੰਦਾ ਪਰ ਇਸ ਪਿਆਰ ਦਾ ਕਿੰਨੇ ਬੰਧਨ ਟੁੱਟਦੇ ਨੇ ਇੱਕ ਬੰਧਨ ਨਹੀਂ ਮਾਤਾ ਪਿਤਾ ਕਾ ਬੰਧਨ ਹੈ ਔਰ ਪੁੱਤਰ ਧੀਆਂ ਦਾ ਬੰਧਨ ਹੈ ਸੰਸਾਰ ਦਾ ਬੰਧਨ ਹੈ ਮੋਹ ਬੰਧਨ ਹੈ ਕਿੰਨੇ ਕੁ ਬੰਧਨ ਨੇ ਸਾਰੇ ਆਪਾਂ ਬੰਧਨਾਂ ਵਿੱਚ ਹੀ ਬੰਧੇ ਪਏ ਹਾਂ ਉਹਨਾਂ ਦੀ ਖੋਜ ਕਰੋ ਜਿਨ੍ਹਾਂ ਦੇ ਬੰਧਨ ਟੁੱਟੇ ਹੋਏ ਨੇ ਉਹ ਕੌਣ ਹਨ ਕੌਣ ਮਿਲਣਗੇ ਤੁਹਾਨੂੰ
ਜਿਹੜੇ ਗੁਰਸਿੱਖ ਇਸ ਮਾਰਗ ਤੇ ਤੁਰਦੇ ਨੇ, ਚੱਲਦੇ ਨੇ ਜਾਂ ਚੱਲਣ ਦੀ ਕੋਈ ਆਸ਼ਾ ਰੱਖਦੇ ਨੇ, ਉਹਨਾਂ ਦੀ ਸੰਗਤ ਕਰਕੇ ਤੇਰੇ ਵੀ ਬੰਧਨ ਟੁੱਟ ਜਾਣਗੇ। ਜੇ ਅਸੀਂ ਇੱਕ ਚਿੱਕੜ ਦੇ ਅੰਦਰ ਕੋਈ ਗਧਾ ਖੜਾ ਉਹਨੂੰ ਕਹਿ ਦਈਏ ਕਿ ਇਹ ਬਈ ਸਾਨੂੰ ਚਿੱਕੜ ਚੋਂ ਪਾਰ ਕਰ ਦੇਗਾ, ਉਹ ਤਾਂ ਆਪ ਫਸਿਆ ਖੜਾ। ਜਿਹੜਾ ਆਪ ਫਸਿਆ ਖੜਾ ਉਹ ਦੂਸਰੇ ਨੂੰ ਕੀ ਕੱਢ ਸਕਦਾ। ਇਹ ਆਤਮਾ ਦੇ ਪ੍ਰਤੀ ਸ਼ਬਦ ਹਨ। ਆਤਮਾ ਸਾਡੀ ਕਿਸੇ ਧਾਮ ਤੋਂ ਆਈ ਹੈ। ਇਹਨੂੰ ਭਗਤ ਰਵਿਦਾਸ ਜੀ ਨੇ ਆਖਿਆ ਕਿ ਇਹ ਪਰਦੇਸਣ ਹੈ, ਇੱਕ ਪਰਦੇਸ ਤੋਂ ਆ ਕੇ ਹੱਡਾਂ ਦਾ ਬਣਾਇਆ ਹੋਇਆ ਪੁਤਲਾ, ਇਹਦੇ ਉੱਤੇ ਇੱਕ ਮਾਸ ਦਾ ਲੇਪਨ ਕਰ ਦਿੱਤਾ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਹੱਡ ਮਾਸ ਨਾੜੀ ਕੋ ਪਿੰਜਰ, ਅੱਗੇ ਕੀ ਆਖਿਆ, ਪੰਛੀ ਵਸੇ ਵਿਚਾਰਾ, ਇਹਨੂੰ ਵਿਚਾਰਾ ਆਖਿਆ ਵੀ ਇਹ ਪੰਛੀ ਜਿਹੜਾ ਸੁਨਹਿਰੀ ਮੰਡਲਾਂ ਦਾ ਕੈਦੀ ਕਰਿਆ ਪਿਆ ਅੰਦਰ, ਕੈਦ ਵਿੱਚ ਹੈ ਆਤਮਾ, ਇਹ ਆਤਮਾ ਕਦੇ ਸੁਤੰਤਰ ਵੀ ਹੋਵੇਗੀ? ਬਹੁਤੀ ਮਾਇਆ ਹੋਵੇ, ਆਲੇ ਦੁਆਲੇ ਸੋਨੇ ਦੇ ਢੇਰ ਲਾ ਲਓ, ਆਲੇ ਦੁਆਲੇ ਮਾਇਆ ਹੀ ਮਾਇਆ ਹੋਵੇ, ਆਤਮਕ ਸ਼ਾਂਤੀ ਨਾ ਹੋਵੇ ਤਾਂ ਮਾਇਆ ਕਿਆ, ਕਿਆ ਦੁਨੀਆ ਦੇ ਸੁੱਖ? ਦੁਨੀਆ ਦੇ ਸੁੱਖ ਤਾਂ ਵੀ ਉਹਨਾਂ ਚਿਰ ਨੇ ਜਿੰਨਾ ਚਿਰ ਜੇ ਤੇਰੇ ਆਤਮਾ ਨੂੰ ਸ਼ਾਂਤੀ ਹੈ। ਉਹ ਤਾਂ ਦੋ ਟਾਈਮ ਦਾ ਪ੍ਰਸ਼ਾਦਾ ਮੰਗ ਕੇ ਵੀ ਛਕ ਲੈਣ, ਪਰ ਉਹਨਾਂ ਵਰਗਾ ਸ਼ਾਂਤ ਰਸ, ਸ਼ਾਂਤੀ ਦੇ ਵਿੱਚ ਰਹਿਣਾ, ਸਦਾ ਹੀ ਆਨੰਦ ਵਿੱਚ ਰਹਿਣਾ, ਸਦਾ ਆਨੰਦ ਰਹੇ ਦਿਨ ਰਾਤੀ, ਉਹਨਾਂ ਭਗਤਾਂ ਨੂੰ ਦਿਨੇ ਰਾਤੀ ਆਨੰਦ ਰਹਿੰਦਾ। ਪਰ ਜਿਨ੍ਹਾਂ ਨੂੰ ਦਿਨੇ ਰਾਤੀ ਆਨੰਦ ਰਹਿੰਦਾ ਉਹ ਕਰਦੇ ਵੀ ਕੀ ਨੇ, ਉਹਨਾਂ ਨੂੰ ਹੁਕਮਨਾਮਾ ਵੀ ਕੀ ਹੈ? ਜੇ ਤੁਸੀਂ ਦਿਨੇ ਰਾਤ ਆਨੰਦ ਮਾਨਣਾ ਤਾਂ ਤੁਹਾਨੂੰ ਐ ਨਹੀਂ ਵੀ ਇੱਕ ਘੰਟਾ ਹੀ ਬਹਿ ਕੇ ਭਜਨ ਕੀਤਾ ਬਹੁਤ ਹੈ, ਜਾਂ ਅਸੀਂ 10 ਮਿੰਟ ਲਾ ਲਏ, 5 ਬਾਣੀਆਂ ਪੜ੍ਹ ਲਈਆਂ, 2 ਸ਼ਾਮ ਨੂੰ ਪੜ੍ਹ ਲਈਆਂ, ਬਾਕੀ ਸਾਰੀ ਦਿਹਾੜੀ ਝੂਠ ਬੋਲੀ ਗਏ ਔਰ ਫਿਰ ਬੁਰੇ ਕਰਮ ਕਰੀ ਗਏ। ਨਹੀਂ, ਗੁਰੂ ਸਾਹਿਬ ਗੁਰਬਾਣੀ ਦੁਆਰਾ ਫੁਰਮਾਨ ਕਰਦੇ ਨੇ, ਐ ਇਨਸਾਨ ਦਿਨ ਰਾਤੀ ਅਰਾਦੋ ਪਿਆਰੇ ਹੋ, ਦਿਨ ਰਾਤੀ ਦਿਨ ਰਾਤੀ ਅਰਾਦੋ ਪਿਆਰੇ ਹੋ, ਦਿਨ ਰਾਤੀ ਦਿਨ ਰਾਤੀ ਅਰਾਦੋ ਪਿਆਰੇ ਹੋ, ਦਿਨ ਦਿਨ ਰਾਤੀ ਅਰਾਦੋ, ਦਿਨ ਰਾਤੀ ਅਰਾਦੋ ਪਿਆਰੋ, ਦਿਨ ਰਾਤੀ ਦਿਨ ਰਾਤੀ ਅਰਾਦੋ ਪਿਆਰੋ, ਦਿਨ ਦਿਨ ਰਾਤੀ ਅਰਾਦੋ
ਦਿਨ ਰਾਤੀ ਰਾਤ ਪਿਆਰੋ ਦਿਨ ਰਾਤੀ ਦਿਨ ਰਾਤੀ ਰਾਤ ਪਿਆਰੋ ਦਿਨ ਰਾਤੀ ਦਿਨ ਰਾਤੀ ਦਿਨ ਰਾਤੀ ਰਾਤ ਦਿਨ ਰਾਤੀਆਂ ਰਾਤੋ ਪਿਆਰੇ ਦਿਨ ਰਾਤੀਆਂ ਰਾਤੋ ਪਿਆਰੇ ਬੜੋ ਗੱਜ ਕੇ ਰਸਨਾ ਪਵਿੱਤਰ ਕਰੋ ਦਿਨ ਰਾਤੀਆਂ ਰਾਤੋ ਪਿਆਰੋ ਦਿਨ ਰਾਤੀ ਦਿਨ ਰਾਤੀ ਰਾਤੋ ਪਿਆਰੋ ਦਿਨ ਰਾਤੀ ਦਿਨ ਰਾਤੀ ਰਾਤੋ ਪਿਆਰੋ ਦਿਨ ਰਾਤੀ ਆਰਾਧਨਾ ਕਰੋ ਦਿਨ ਰਾਤ ਪਰਮੇਸ਼ਰ ਦੇ ਨਾਮ ਵਿੱਚ ਉਹ ਸਮਾਂ ਤੁਹਾਨੂੰ ਮਿਲ ਜਾਵੇ ਉਹ ਸਤਸੰਗਤ ਦਾ ਸਮਾਂ ਮਿਲ ਜਾਵੇ ਜਿਹਦੇ ਵਿੱਚ ਤੁਹਾਨੂੰ ਮਹਾਨ ਗਿਆਨ ਮਹਾਨ ਧਿਆਨ ਉਹ ਸਮਾਂ ਕਦ ਮਿਲੇਗਾ ਉਹ ਦਿਨ ਕਦ ਆਉਣਗੇ ਸਮਾਂ ਕਦੋਂ ਨਸੀਬ ਹੋਵੇਗਾ ਤੇਰੇ ਤੇ ਐ ਇਨਸਾਨ ਸਤ ਸੰਗਤ ਦੀਆਂ ਘੜੀਆਂ ਸਤ ਸੰਗਤ ਦਾ ਸਮਾਂ ਉਹ ਪਿਆਰ ਉਹ ਵਿਚਾਰ ਕਿਤਨੇ ਸਮੇਂ ਤੋਂ ਕਲਗੀ ਵਾਲੇ ਪਾਤਸ਼ਾਹ ਦਾ ਹੁਕਮਨਾਮਾ ਸਰਵਣ ਕੀਤਾ ਕੋਈ ਵੀ ਮੈਨੂੰ ਮਿਲਣਾ ਚਾਹੇ ਮਿਲ ਸਕਦਾ ਪਰ ਕਦੋਂ ਜਦੋਂ ਖੋਜ ਸ਼ਬਦ ਮੋਹਿਲੇ ਜਦੋਂ ਕੋਈ ਸ਼ਬਦ ਦੀ ਪ੍ਰਾਪਤੀ ਕਰੇਗਾ ਜਦੋਂ ਕੋਈ ਤੈਨੂੰ ਰਸਤਾ ਦੱਸਣਗੇ ਇਸ ਮਾਰਗ ਤੇ ਤੁਰ ਪਾਈ ਫਿਰ ਤੁਰਦੇ ਨੂੰ ਲੱਖਾਂ ਰੁਕਾਵਟਾਂ ਆਉਣਗੀਆਂ ਲੱਖਾਂ ਹੀ ਲੋਕੀ ਤੈਨੂੰ ਇਸ ਦਰ ਤੋਂ ਰੋਕਣ ਵਾਲੇ ਮੋੜਨ ਵਾਲੇ ਪਰ ਰੱਬ ਦੇ ਪਿਆਰੇ ਉਹ ਸ਼ੇਰਨੀ ਦੇ ਦੁੱਧ ਦੀ ਤਰ੍ਹਾਂ ਪਰਮੇਸ਼ਰ ਦਾ ਨਾਮ ਜਿੱਥੇ ਤਾਂ ਹਿਰਦੇ ਵਿੱਚ ਟਿਕਾਉਣਾ ਹੈ ਪਹਿਲਾਂ ਹਿਰਦਾ ਸ਼ੁੱਧ ਕਰ ਲੈ ਸਾਫ ਕਰ ਲੈ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਤੂੰ ਹੀ ਤੂੰ ਤੂੰ ਹੀ ਤੂੰ ਦੀ ਆਵਾਜ਼ ਦਿੰਦਾ ਤੂੰ ਹੀ ਤੂੰ ਦੇ ਰੂਪ ਵਿੱਚ ਮਿਲ ਜਾਏਗਾ ਪਰ ਕਦੋਂ ਅੱਗੇ ਸ਼ਰਤ ਰੱਖ ਦਿੱਤੀ ਜਦ ਆਪਾ ਪਰਕਾ ਮਿਟ ਗਿਆ ਜਦ ਤੇਰੇ ਚੋਂ ਮੈਂ ਤੂੰ ਉੱਚਾ ਨੀਵਾਂ ਜਿੰਨਾ ਚਿਰ ਬਾਹਰਲੀ ਲਿਬਾਸ ਕੁਛ ਹੋਰ
ਅੰਦਰੋਂ ਕੁਛ ਹੋਰ। ਮਹਾਰਾਜ ਕਹਿੰਦੇ ਇਹ ਤਾਂ ਬਈ ਇੱਕ ਧੋਖੇ ਦਾ ਕੰਮ ਹੈ, ਪਰ ਸਤਿਗੁਰੂ ਨੂੰ ਤਾਂ ਧੋਖਾ ਨਹੀਂ ਦੇ ਸਕਦਾ। ਦੁਨੀਆ ਨੂੰ ਧੋਖਾ ਦੇ ਲੇਗਾ ਜਾਂ ਇਹ ਇਨਸਾਨ ਆਮ ਕਿੰਨੀਆਂ ਸੌਹਾਂ ਕਿੰਨੇ ਥਾਵਾਂ ਤੇ ਜਾ ਕੇ ਨੱਕ ਰਗੜਦਾ, ਪਰ ਜਿੱਦਣ ਕੋਈ ਐਸਾ ਸਮਾਂ ਆਇਆ ਉਸ ਵੇਲੇ ਚਿੱਤਰ ਤੇ ਗੁਪਤ ਇੱਕ ਸੱਜੇ ਹੈ ਇੱਕ ਖੱਬੇ ਹੈ, ਉਹ ਮਿੰਟ ਮਿੰਟ ਦਾ ਹਿਸਾਬ ਤੇਰਾ ਕੱਢ ਕੇ ਰੱਖ ਦੇਣਗੇ। ਉਦੋਂ ਫਿਰ ਬਣਾਇਆ ਨਹੀਂ, ਅਜੇ ਤਾਂ ਦਰ ਬੇਦਰ ਥਾਂ ਥਾਂ ਤੇ, ਪਰ ਉਹ ਸਗਲ ਦੁਆਰ ਕੋਸ਼ਾਲ ਇੱਕੋ ਹੀ ਦਰ ਤੇ। ਸਤਿਗੁਰੂ ਦੇ ਦਰ ਦੇ ਨਾਲੋਂ ਹੋਰ ਵੱਡਾ ਦਰ ਕਿਹੜਾ ਲੱਭੋਗੇ? ਇੱਕੋ ਹੀ ਦਰ ਹੈ ਸਤਿਗੁਰੂ ਦਾ, ਜਿਹੜਾ ਸਾਨੂੰ ਸੱਚ ਮਾਰਗ ਦਾ ਰਸਤਾ ਦੱਸ ਰਿਹਾ ਔਰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਰਿਹਾ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ। ਜਿਹੜਾ ਪ੍ਰਭੂ ਦਾ ਸਿਮਰਨ ਹੈ, ਬਾਕੀ ਸਭ ਚੀਜ਼ਾਂ ਇਹ ਤੋਂ ਹੇਠ ਹਨ। ਜੰਤਰ ਮੰਤਰ ਔਰ ਟੂਣੇ ਟਾਮਣ ਵਗੈਰਾ ਜੋ ਵੀ ਹਨ ਉਹ ਸਭ ਇੱਥੋਂ ਨੀਵੇਂ ਹਨ। ਪ੍ਰਭੂ ਦਾ ਸਿਮਰਨ ਕਰਨ ਵਾਲਾ ਜਦੋਂ ਪਰਮੇਸ਼ਰ ਦਾ ਨਾਮ ਉੱਚਾ ਹੈ, ਉਹਦੇ ਜਪਣ ਵਾਲੇ ਨੂੰ ਵੀ ਉੱਚਾ ਹੀ ਦਰਜਾ ਦਿੱਤਾ ਗਿਆ, ਕਿਉਂਕਿ ਜਿੱਥੇ ਪਰਮੇਸ਼ਰ ਦਾ ਨਾਮ ਉਹਦੇ ਨਾਲ ਨਾਲ ਫਿਰ ਭਗਤਾਂ ਦਾ ਦਰਜਾ ਆਇਆ। ਭਗਤ ਕਬੀਰ ਜੀ ਦੇ ਕੋਲੇ ਬੈਠੇ ਹਨ, ਵਿਚਾਰਾਂ ਕਰਦੇ ਨੇ। ਕੋਈ ਅਮੀਰ ਤਨਾੜ ਆ ਗਿਆ, ਉਸ ਅਮੀਰ ਤਨਾੜ ਨੇ ਆ ਕੇ 500 ਮੋਹਰ ਰੱਖ ਦਿੱਤੀ। ਭਗਤ ਜੀ ਸੁਣਿਆ ਮੈਂ ਤੁਸੀਂ ਸੰਗਤਾਂ ਨੂੰ ਨਾਮ ਦਾਨ ਦਿੰਦੇ ਹੋ। ਕਬੀਰ ਜੀ ਕਹਿੰਦੇ ਹਾਂ ਭਾਈ, ਅਸੀਂ ਡਿਊਟੀ ਹੈ ਸਾਨੂੰ ਪਰਮੇਸ਼ਰ ਦਾ ਨਾਮ ਵਰਤਾਉਣ ਦੀ, ਵਰਤਾ ਰਹੇ ਹਾਂ। ਕਿਸੇ ਨੂੰ ਡਿਊਟੀ ਨਾਮ ਵਰਤਾਉਣ ਦੀ, ਕਿਸੇ ਨੂੰ ਡਿਊਟੀ ਅੰਮ੍ਰਿਤ ਛਕਾਉਣ ਦੀ, ਕਿਸੇ ਨੂੰ ਲੰਗਰ ਲਗਾਉਣ ਦੀ, ਔਰ ਇਹ ਆਪੋ ਆਪਣੀਆਂ ਡਿਊਟੀਆਂ ਨਿਰੰਕਾਰ ਦੇ ਦਰ ਚੋਂ ਲੱਗੀਆਂ ਨੇ। ਮਹਾਰਾਜ ਕਹਿੰਦੇ ਸਾਨੂੰ ਵੀ ਡਿਊਟੀ ਹੈ ਨਾਮ ਵਰਤਾਉਣ ਦੀ, ਕਿਰਪਾ ਕਰਕੇ ਨਾਮ ਦੇ ਦਿਓ। ਕਹਿੰਦੇ ਬਹਿ ਜਾ, ਦੇ ਦਿੰਦੇ ਹਾਂ। 500 ਮੋਹਰ ਰੱਖ ਦਿੱਤੀ, ਅਣਜਾਣ ਸੀ, ਇਸ ਦਰ ਤੇ ਕਦੇ ਆਇਆ ਨਹੀਂ ਸੀ। ਨਾਲ ਦਾ ਕਾਫਲਾ ਲੰਘਿਆ ਜਾਂਦਾ ਸੀ, ਬਾਕੀ ਸੱਜਣ ਨਾਲ ਦੇ ਤੁਰੇ ਜਾਂਦੇ ਨੇ। ਕਹਿੰਦਾ ਤੁਸੀਂ ਚੱਲੋ, ਮੈਂ ਤੁਹਾਡੇ ਨਾਲ ਰਲਦਾ, ਮੈਂ ਨਾਮ ਲੈ ਆਵਾਂ। ਜਿਵੇਂ ਦੁਕਾਨ ਤੋਂ ਕੋਈ ਵਸਤੂ ਮੁੱਲ ਲੈ ਕੇ ਆਉਣੀ ਹੈ, ਮੈਂ ਨਾਮ ਲਿਆਵਾਂ, ਤੁਸੀਂ ਚੱਲੋ। ਕਬੀਰ ਜੀ ਦੇ ਕੋਲੇ ਮਾਇਆ ਰੱਖ ਦਿੱਤੀ। ਕਬੀਰ ਜੀ ਕਹਿੰਦੇ ਪ੍ਰੇਮੀਆਂ ਬਹਿ ਜਾ। 5-7 ਮਿੰਟ ਬੈਠਾ ਰਿਹਾ, ਫਿਰ ਕਹਿੰਦਾ ਮਹਾਰਾਜ ਭਾਗੇ ਜੀ ਨਾਮ ਦੇ ਦਿਓ, ਮੇਰੇ ਸਾਥੀ ਅੱਗੇ ਲੰਘ ਗਏ। ਕਹਿੰਦੇ ਬਹਿ ਜਾ, ਦਿੰਦੇ ਹਾਂ। ਫਿਰ ਕਹਿੰਦਾ ਮੇਰੇ ਸਾਥੀ ਅੱਗੇ ਚਲੇ ਗਏ,
ਵੀ ਤੂੰ ਨਾਮ ਲੈਣ ਆਇਆ ਐਡੀ ਛੇਤੀ, ਐਡੀ ਛੇਤੀ ਤਾਂ ਨਹੀਂ ਮਿਲਦਾ। ਕਹਿਣ ਲੱਗੀਆਂ ਮਹਾਰਾਜ ਮੈਂ 500 ਮੋਹਰ ਰੱਖ ਦਿੱਤੀ ਤੁਹਾਡੇ ਚਰਨਾਂ ਚ, ਇਹਦੇ ਬਦਲੇ ਨਾਮ ਦੇ ਦਿਓ। ਭਗਤ ਜੀ ਕਹਿੰਦੇ ਆਪਦੀ ਪੁੱਤਰੀ ਨੂੰ ਕੁਮਾਲੀ ਨੂੰ, ਬੇਟਾ ਕੁਮਾਲੀ ਅੰਦਰੋਂ ਇੱਕ ਤੱਕੜੀ ਲਿਆ, ਨਾਲ ਇੱਕ ਤੇਜ ਹਥਿਆਰ ਕੋਈ ਛੁਰਾ ਚੱਕ ਲਿਆ। ਕਹਿਣ ਲੱਗਿਆ ਮਹਾਰਾਜ ਇਹ ਕੀ ਕਰੋਗੇ, ਤੱਕੜੀ ਮੰਗਾਈ ਹੈ, ਕੋਈ ਤੇਜ ਧਾਰਾ ਸ਼ਸਤਰ ਮੰਗਾ ਲਿਆ, ਇਹਦਾ ਕੀ ਕਾਰਨ? ਕੋਈ ਨਾਮ ਕਿਸੇ ਦੇ ਨਾਲੋਂ ਐ ਵੱਢ ਕੇ ਵਸਤੂ ਫਿਰ ਮੈਨੂੰ ਦੇਣੀ ਹੈ? ਕਬੀਰ ਜੀ ਕਹਿੰਦੇ ਨਹੀਂ, ਤੱਕੜੀ ਦੇ ਅੰਦਰ ਇੱਕ ਪਾਸੇ ਨਾਮ ਪਾਵਾਂਗੇ, ਇੱਕ ਪਾਸੇ ਤੇਰਾ ਆ ਸਿਰ ਵੱਢ ਕੇ ਤੱਕੜੀ ਵਿੱਚ ਰੱਖਾਂਗੇ, ਫਿਰ ਤੈਨੂੰ ਨਾਮ ਦਵਾਂਗੇ। ਉਹ ਕਹਿੰਦਾ ਜੀ ਸਿਰ ਤਾਂ ਤੁਸੀਂ ਹੋਰ ਕਿਸੇ ਦਾ ਲੈ ਲਿਓ, ਮੈਂ ਤਾਂ ਤੁਹਾਨੂੰ ਮਾਇਆ ਦੇ ਦਿੱਤੀ, ਮੈਨੂੰ ਮਾਇਆ ਦੇ ਬਦਲੇ ਦੇ ਦਿਓ। ਭਾਗਵਤ ਜੀ ਕਹਿੰਦੇ ਭੋਲਿਆ ਜੇ ਨਾਮ ਏਡਾ ਸਸਤਾ ਹੁੰਦਾ ਤਾਂ ਫਿਰ ਕੀ ਲੋੜ ਸੀ ਇੰਨੇ ਜਨਮ ਭਟਕਣ ਦੀ, ਸਾਨੂੰ ਵੀ ਕਬੀਰ ਜੀ ਨੂੰ ਨਾਮ ਸ਼ਬਦ ਕਿਵੇਂ ਮਿਲਿਆ ਪਿਆਰ ਵਿੱਚ? ਕਹਿੰਦੇ ਨੇ ਐ ਭਗਤਾ ਇਹ ਤਾਂ ਤੋਲਦੇ ਬਰਾਬਰ ਨਹੀਂ ਓ ਮਿਲਦਾ, ਮਿਲਦਾ ਹੈ ਸਿਰ ਦਿੱਤਿਆਂ ਨਾਮ, ਤੋਲਦੇ ਬਰਾਬਰ ਨਹੀਂ ਓ ਮਿਲਦਾ, ਮਿਲਦਾ ਹੈ ਸਿਰ ਦਿੱਤਿਆਂ ਨਾਮ। ਮਿਲਦਾ ਹੈ ਸਿਰ ਨਾਮ ਤੋਲ ਦੇ ਬਰਾਬਰ, ਨਾਮ ਤੋਲ ਦੇ ਬਰਾਬਰ ਨਹੀਂ ਓ ਮਿਲਦਾ, ਹਮ ਬਰਾਬਰ ਨਹੀਂ ਓ ਮਿਲਦਾ, ਮਿਲਦਾ ਹੈ ਸਿਰ ਦਿੱਤਿਆਂ ਨਾਮ, ਤੋਲਦੇ ਬਰਾਬਰ ਨਹੀਂ ਓ ਵਿਕਦਾ, ਮਿਲਦਾ ਹੈ ਸਿਰ ਦਿੱਤਿਆਂ, ਮਿਲਦਾ ਹੈ ਸਿਰ ਦਿੱਤਿਆਂ, you
ਨਾਮ ਤੋਲ ਦੇ ਪਿਆਰੇ ਜੀ ਮਿਲਦਾ ਹੈ ਸਿਰ ਦਿੱਤਿਆ ਜੇ ਪਿਆਰੇ ਬਰਾਬਰ ਨਹੀਂ ਮਿਲਦਾ। ਇਹ ਤਾਂ ਸਿਰ ਦਿੱਤਿਆਂ ਤੇ ਵੀ ਮਿਲ ਜੇ ਤਾਂ ਵੀ ਸਸਤਾ ਹੀ ਸਮਝ ਲੈ, ਸਿਰ ਦਿੱਤਿਆਂ ਤੇ ਰੱਬ ਖੁਸ਼ ਹੋ ਜਾਵੇ, ਇਹ ਤਾਂ ਸਸਤਾ ਹੀ ਸੁੱਧ ਹੈ। ਇਦੋਂ ਸਸਤਾ ਕੀ ਭਾਲੇਗਾ ਭਲਾ, ਇਹ ਤਾਂ ਸੋਚ, ਇਹ ਨਹੀਂ ਨਾ ਸੋਚਿਆ ਕਦੇ। ਪਰ ਇਹ ਵਿਚਾਰ, ਇਹ ਗਿਆਨ ਇਹ ਕੌਣ ਦੇਵੇਗਾ ਤੈਨੂੰ? ਇਹ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਬਖਸ਼ ਦਿੰਦਾ, ਬੁੱਧੀ ਬਖਸ਼ ਦਿੰਦਾ। ਇੱਕ ਨਾ ਤੇ ਮਾਇਆ ਪਾ ਦਿੱਤੀ, ਪਰਦੇ ਪਾ ਦਿੱਤੇ, ਇੱਕ ਨਾ ਨੂੰ ਗਿਆਨ ਦੇ ਦਿੱਤਾ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਤੂੰ ਨਾਦਰਾਂ ਕਰ ਦਿੰਦੇ, ਉਹ ਪਿਆਰ, ਉਹ ਨਾਮ ਜਿਹਦੇ ਹਿਰਦੇ ਵਿੱਚ ਆ ਗਿਆ, ਨਾਮ ਦੀ ਤਾਕਤ ਕਿਤਨੀ ਕੁ ਹੈ, ਨਾਮ ਦਾ ਪ੍ਰਤਾਪ ਕਿਤਨਾ ਕੁ ਹੈ। ਜਿਨ੍ਹਾਂ ਨੇ ਆਪ ਦਾ ਭਾਂਡਾ ਹਿਰਦੇ ਦਾ ਸ਼ੁੱਧ ਕਰਕੇ, ਸਾਫ ਕਰਕੇ ਇਹਦੇ ਵਿੱਚ ਨਾਮ ਟਿਕਾ ਲਿਆ। ਨਾਮ ਜਪਦੇ ਰਹੇ ਇੱਕ ਸਾਧੂ ਮਹਾਤਮਾ, ਜਪਦੇ ਜਪਦੇ ਕੋਈ ਭੁੱਲ ਹੋ ਗਈ, ਕਿਸੇ ਭੁੱਲ ਦੇ ਕਾਰਨ ਮਹਾਂਪੁਰਖਾਂ ਨੂੰ ਜਨਮ ਲੈਣਾ ਪੈ ਗਿਆ।
ਹੁਕਮ ਹੋਇਆ ਈਸ਼ਵਰ ਵੱਲੋਂ, ਮਹਾਂਪੁਰਖੋ ਤੁਸੀਂ ਭਾਵੇਂ ਬੜਾ ਜਪ ਕੀਤਾ ਤਪ ਕੀਤਾ, ਤੁਹਾਨੂੰ ਜਨਮ ਲੈਣਾ ਪਵੇਗਾ। ਤੁਹਾਡਾ ਇੱਕੋ ਹੀ ਜਨਮ ਦੇ ਵਿੱਚ ਇਹ ਬੰਧਨ ਕੱਟਿਆ ਜਾਣਾ ਸੀ, ਪਰ ਹੁਣ ਇੱਕ ਸਾਨੂੰ ਜਨਮ ਹੋਰ ਲੈਣਾ ਪਵੇਗਾ। ਅੱਛਾ ਮਹਾਰਾਜ, ਹਾਂ ਇਹ ਹਕੀਕਤ ਹੈ, ਸੱਚ ਹੈ, ਸਤ ਬਚਨ। ਫਿਰ ਜਨਮ ਜਦੋਂ ਲੈਣਾ ਹੀ ਪਵੇਗੇ ਤਾਂ ਮੈਨੂੰ ਹੁਣੇ ਕਿਰਪਾ ਕਰੋ, ਮੈਂ ਜਨਮ ਲੈ ਕੇ ਆਪਦਾ ਬੰਧਨ ਕੱਟ ਲਵਾਂ। ਮਹਾਰਾਜ ਨੇ ਕਿਰਪਾ ਕੀਤੀ, ਪਰ ਜਿਹਦਾ ਗੁਨਾਹ ਕੀਤਾ ਸੀ ਕੋਈ, ਉਹ ਗੁਨਾਹ ਦਾ ਫਲ ਕੀ ਭੁਗਤਣਾ ਸੀ, ਕੀ ਭੁਗਤਣਾ ਪਿਆ ਕਰਮਾਂ ਦਾ। ਜਨਮ ਮਿਲ ਗਿਆ ਕਿਸੇ ਬ੍ਰਾਹਮਣ ਦੇ ਘਰੇ, ਪਰ ਜਦੋਂ ਜਨਮ ਮਿਲਿਆ, ਜਨਮ ਦੇ ਵੇਲੇ ਨਾ ਹੱਥ ਮਿਲੇ ਨਾ ਚਰਨ ਮਿਲੇ, ਦੋਨੋਂ ਹੀ ਵਸਤੂਆਂ ਨਹੀਂ ਦਿੱਤੀਆਂ ਭਗਵਾਨ ਨੇ। ਕੋਈ ਕਾਰਨ ਹੋ ਗਿਆ, ਕੋਈ ਦੋਸ਼ੀ ਹੋ ਗਿਆ, ਕੋਈ ਦੋਸ਼ ਦੇ ਕਾਰਨ, ਇਹ ਦੋਸ਼ ਕਿਹਦਾ ਸੀ, ਆਪਦੀ ਕਰਮਾਂ ਦਾ, ਕਿਸੇ ਪਾਪ ਦਾ। ਕਹਿੰਦਾ ਫਿਰ ਹੁਣੇ ਕਿਰਪਾ ਕਰ ਦਿਓ, ਹੁਣੇ ਜਨਮ ਦੇ ਦਿਓ। ਕਹਿੰਦੇ ਹਾਂ ਜਨਮ ਲੈ ਲਿਆ, ਸੋਝੀ ਉਵੇਂ ਹੀ ਰਹੇਗੀ ਤੈਨੂੰ। ਜਨਮ ਲੈ ਲਿਆ, ਨਾ ਹਸਤ ਕਮਲ ਦੋਈ ਮਿਲੇ ਨਾ ਚਰਨ ਮਿਲੇ। ਤੋ ਕੁਛ ਜਵਾਨ ਹੋਇਆ, ਬਚਪਨ ਲੰਘੀ, ਮਾਤਾ ਪਿਤਾ ਇੱਕ ਦਿਨ ਵਿਚਾਰਾਂ ਕਰਦੇ ਨੇ, ਇਹ ਸਾਡਾ ਪੁੱਤਰ, ਇਹ ਤਾਂ ਨਾ ਹੀ ਹੁੰਦਾ ਇਦੋਂ ਤਾਂ, ਬਾਕੀ ਦੇ ਪੁੱਤਰ ਕੰਮ ਧੰਦੇ ਕਰਦੇ ਨੇ, ਇਹਨੂੰ ਚੱਕ ਕੇ ਬਹਾਉਣਾ ਪੈਂਦਾ, ਬਾਹਰ ਕਿਰਿਆ ਕਰਮ ਲਿਜਾਣਾ ਪੈਂਦਾ। ਇੱਕ ਦਿਨ ਉਹਦੀ ਘਰ ਵਾਲੀ ਕਹਿਣ ਲੱਗੀ, ਹੇ ਸਵਾਮੀ ਜੀ ਜਾਓ, ਇੱਥੇ ਦਾ ਇੱਕ ਧਰਮਾਤਮਾ ਰਾਜ ਹੈ, ਉਸ ਰਾਜੇ ਦੇ ਪਾਸ ਲੈ ਜਾਓ, ਜੇ ਰਾਜਾ ਖੁਸ਼ ਹੋ ਕੇ ਇਹਨੂੰ ਕੋਈ ਮਾਇਆ ਲਾ ਦੇਵੇ ਮਹੀਨੇ ਬਾਅਦ, ਆਪਣੇ ਮਰਨ ਤੋਂ ਬਾਅਦ ਵੀ ਇਹ ਉਹਦੇ ਨਾਲ ਗੁਜ਼ਾਰਾ ਕਰਦਾ ਰਹੇਗਾ। ਇਹ ਅਗਿਆਨਤਾ ਵੀ ਹੈ, ਭੁੱਲ ਹੈ। ਤੋ ਪੁੱਤਰ ਨੂੰ ਇੱਕ ਬਚਨ ਕਹਿਣ ਲੱਗੇ ਬ੍ਰਾਹਮਣ, ਹੈ ਪੁੱਤਰ ਜਦੋਂ ਤੂੰ ਰਾਜ ਦਰਬਾਰ ਵਿੱਚ ਜਾਣਾ, ਤੂੰ ਜਾ ਕੇ ਰਾਜੇ ਨੂੰ ਪਹਿਲਾਂ ਸਲਾਮ ਕਰਨੀ ਹੈ। ਕਹਿਣ ਲੱਗੇ ਮੈਂ ਸਲਾਮ ਕਰਾਂ ਰਾਜੇ ਨੂੰ, ਇਹ ਕੀ ਕਰ, ਤੇਰੇ ਹੱਥ ਨੀ ਪੈਰ ਨੀ, ਰਾਜੇ ਦੇ ਕੋਲੇ ਆਪਾਂ ਬੇਨਤੀ ਕਰਾਂਗੇ, ਇਹ ਤੈਨੂੰ ਅੰਗਹੀਣ ਹੈ ਤੂੰ, ਤੈਨੂੰ ਮਹੀਨੇ ਦੀ ਕੋਈ ਤਲਬ ਲਾ ਦੇਗਾ, ਜਿਵੇਂ ਹੁਣ ਵੀ ਪੈਨਸ਼ਨ ਆਦਿਕ ਚੀਜ਼ਾਂ ਲੱਗਦੀਆਂ ਨੇ ਸਰਕਾਰ ਵੱਲੋਂ। ਉਹ ਵਿਦਵਾਨ ਸੀ, ਉਹ ਤਾਂ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਤਪੀ ਸੀ,
ਪਰ ਕਿਸੇ ਕਾਰਨ ਤੇ ਕੋਈ ਗੁਨਾਹ ਤੇ ਇਹ ਫਲ ਭੁਗਤਣਾ ਪੈ ਗਿਆ, ਭੁਗਤਣਾ ਹੀ ਪੈਂਦਾ। ਇੱਕ ਦਿਨ ਭਗਤ ਸੂਰਦਾਸ ਜੀ ਨੇਤਰਾਂ ਤੋਂ ਬਸ਼ੀਰ ਹਨ, ਭਗਵਾਨ ਨੂੰ ਕੁਛ ਤਾਨੇ ਮਿਹਣੇ ਜੇ ਮਾਰਨੇ ਸ਼ੁਰੂ ਕੀਤੇ। ਇਹ ਪਰਵਦਗਾਰ ਤੂੰ ਲੋਕਾਂ ਨੂੰ ਸਾਰਿਆਂ ਨੂੰ ਦੋਏ ਦੋਏ ਲੋਚਨ ਦਿੱਤੇ ਨੇ, ਕੀ ਕਾਰਨ ਤੇ ਮੈਨੂੰ ਦੋ ਨੇਤਰ ਕਿਉਂ ਨਹੀਂ ਬਖਸ਼ੇ? ਭਗਵਾਨ ਕਹਿੰਦੇ ਸੂਰਦਾਸ ਤੂੰ ਭਗਤ ਵੀ ਹੈ ਮੇਰਾ ਪੁੱਤਰ ਵੀ ਹੈ, ਪਰ ਇੰਨਾ ਗਿਲਾ ਕਿਉਂ ਕਰਦੇ? ਕਹਿੰਦਾ ਹਰ ਦੁਨੀਆ ਨੂੰ ਮਾੜੇ ਨੂੰ ਚੰਗੇ ਨੂੰ ਭਾਵੇਂ ਬੁਰਾ ਕਰਮ ਕਰਦਾ ਕੋਈ ਪਾਪੀ ਹੈ ਉਹਨੂੰ ਵੀ ਦੋ ਦੋ ਲੋਚਨ ਤੂੰ ਬਖਸ਼ ਦਿੰਦਾ, ਮੈਨੂੰ ਦੋ ਨੇਤਰ ਵੀ ਨਹੀਂ ਦਿੱਤੇ, ਫਿਰ ਮੈਂ ਹਾਂ ਵੀ ਤੇਰਾ ਭਗਤ ਅੱਠੀ ਪਹਿਰ ਮਾਲਾ ਫੇਰ। ਭਗਵਾਨ ਕਹਿੰਦੇ ਫਿਰ ਇਹ ਦੋਸ਼ ਮੇਰਾ ਤਾਂ ਨਹੀਂ, ਇਹ ਤਾਂ ਤੇਰਾ ਹੀ ਹੈ। ਕਹਿੰਦਾ ਮੇਰਾ ਕੀ ਦੋਸ਼ ਹੈ? ਸੂਰਦਾਸ ਜੀ ਕਹਿੰਦੇ ਮੈਨੂੰ ਸੌ ਜਨਮ ਤੱਕ ਸੋਝੀ ਹੈ, ਸੌ ਜਨਮ ਤੱਕ ਸੋਝੀ ਹੈ ਜਿਨ੍ਹਾਂ ਦੀ ਬਾਣੀ ਮਹਾਰਾਜ ਵਿੱਚ ਦਰਜ ਹੋਈ ਹੈ, ਸੌ ਜਨਮ ਮੈਨੂੰ ਪਿਛਲਾ ਚੇਤੇ ਹੈ। ਭਗਵਾਨ ਕਹਿੰਦੇ ਸੌ ਜਨਮ ਹੀ ਚੇਤੇ ਹੈ ਨਾ, ਉਦੋਂ ਵੀ ਪਿੱਛੇ ਤੂੰ ਆਉਂਦਾ ਹੈ, ਉਦੋਂ ਨਹੀਂ ਆਇਆ, ਤੈਨੂੰ ਸੌ ਜਨਮ ਦੀ ਸੋਝੀ ਹੈ, ਬਿਲਕੁਲ ਠੀਕ ਹੈ, ਪਰ ਹੋਰ ਦੇਖ ਜਰਾ ਇੱਕ ਜਨਮ ਕੀ ਦੇਖਿਆ, ਇੱਕ ਸੌ ਇੱਕ ਜਨਮ ਪਿਛਲਾ। ਇੱਕ ਬਾਦਸ਼ਾਹ ਦਾ ਰਾਜਕੁਮਾਰ ਹੈ, ਕਿਸੇ ਬਾਦਸ਼ਾਹ ਦਾ ਪੁੱਤਰ ਹੈ, ਬਾਦਸ਼ਾਹ ਦਾ ਪੁੱਤਰ ਦੇ ਨਾਲ ਪੰਜ ਚਾਰ ਬੰਦੇ ਸਾਥੀ, ਉਸ ਉਮਰ ਦੇ ਚੜ੍ਹਦੀ ਉਮਰ ਦੇ ਮੁੰਡੇ ਨਾਲ ਹਨ ਬਾਦਸ਼ਾਹ ਦੇ ਪੁੱਤਰ ਦੇ। ਸੂਰਦਾਸ ਜੀ ਆਪ ਦਾ ਇੱਕ ਸੌ ਇੱਕ ਜਨਮ ਪਿਛਲਾ ਦੇਖ ਰਹੇ ਨੇ, ਰਾਜੇ ਦੇ ਘਰ ਦਾ ਜਨਮ ਹੈ, ਬਾਦਸ਼ਾਹ ਦੇ ਘਰ ਦਾ ਜਵਾਨੀ ਹੈ, ਨਾਲ ਪੰਜ ਸੱਤ ਮੁੰਡੇ ਨੇ, ਜਾਂਦਿਆਂ ਜਾਂਦਿਆਂ ਜਦੋਂ ਅੱਕ ਦੇ ਕੋਲ ਦੀ ਲੰਘਣ ਲੱਗੇ ਉਹਦੇ ਤੇ ਹਰੇ ਰੰਗ ਦਾ ਇੱਕ ਟਿੱਡਾ ਬੈਠਾ ਸੀ, ਉਹ ਸ਼ਰਾਰਤ ਦੇ ਵਜੋਂ ਪਕੜ ਲਿਆ ਭਗਤ ਸੂਰਦਾਸ ਜੀ ਨੇ, ਪਕੜ ਲਓ ਟਿੱਡੇ ਨੂੰ, ਪਕੜ ਕੇ ਕਦੇ ਉਹਦੀ ਇੱਕ ਲੱਤ ਨੂੰ ਤੋੜਿਆ, ਦੇਖੀਏ ਕਿਵੇਂ ਤੁਰਦਾ, ਹੈ ਤਾਂ ਅਣਜਾਣ ਪੁਣਾ, ਹੈ ਤਾਂ ਅਣਜਾਣ ਬੁੱਧੀ, ਪਰ ਜਦੋਂ ਬੁੱਧੀ ਵਿਪਰੀਤ ਹੋ ਗਈ, ਬੁੱਧੀ ਮਲੀਨ ਹੋ ਗਈ, ਆਪਣੇ ਸਾਥੀ ਨੂੰ ਕਹਿੰਦੇ ਨੇ, ਕਹਿੰਦੇ ਲੱਤਾਂ ਨਾਲ ਤਾਂ ਆਪਾਂ ਦੇਖ ਲਿਆ ਕਿਵੇਂ ਤੁਰਦਾ, ਇੱਕ ਲੱਤ ਤੋੜਤੀ, ਕਦੇ ਟੇਢਾ ਗੁੰਡਾ ਉਹ ਜਾਣ ਵਿਚਾਰਾ, ਇੱਕ ਬੇਜ਼ਬਾਨ ਅੱਕ ਦਾ ਇੱਕ ਟੇਢਾ, ਕਹਿੰਦੇ ਦੋ ਸੂਲਾਂ ਵੀ ਲਿਆਓ, ਚੱਕ ਕੇ ਦੋ ਸੂਲਾਂ ਮੰਗਾ ਲਈਆਂ। ਸੂਰਦਾਸ ਜੀ ਦੇਖਦੇ ਨੇ ਕਿ ਮੈਂ ਆਪ ਦੇ ਹੱਥੀ ਉਹ ਹਰੇ ਰੰਗ ਦਾ ਜਿਹੜਾ ਟਿੱਡਾ ਸੀ ਬੇਜ਼ਬਾਨ, ਉਹਦੇ ਨੇਤਰਾਂ ਵਿੱਚ ਕਬੋ ਦਿੱਤੀਆਂ ਦੋ ਹੀ ਸੂਲਾਂ, ਨੇਤਰਾਂ ਚ ਕਬੋਣ ਤੋਂ ਭਗਵਾਨ ਕਹਿੰਦੇ ਸੂਰਦਾਸ
ਇਹ ਦੋਸ਼ ਦੱਸ ਕੀ ਦੇ ਗੁਣ। ਉਹ ਹਰੀ ਰੰਗ ਦਾ ਟਿੱਡਾ 101 ਜਨਮ ਪਿੱਛੇ ਤੂੰ ਬਾਦਸ਼ਾਹ ਦਾ ਪੁੱਤਰ ਹੋਇਆ ਸੀ, ਹੰਕਾਰ ਵਿੱਚ ਆ ਕੇ ਤੈ ਉਹ ਟਿੱਡੇ ਨੇ ਤੇਰਾ ਕੀ ਵਿਗਾੜਿਆ ਸੀ, ਉਹਦਾ ਦੋਸ਼ ਫਲ ਤੈਨੂੰ ਹੁਣ ਮਿਲਿਆ। ਭਾਵੇਂ ਤੂੰ ਭਗਤੀ ਕਰਦੇ, ਭਾਵੇਂ ਤੂੰ ਭਗਤ ਹੈ ਮੇਰਾ, ਭਾਵੇਂ ਤੂੰ ਮੇਰਾ ਸੇਵਕ ਹੈ, ਮੇਰਾ ਅੰਗ ਹੈ, ਪਰ ਫਿਰ ਵੀ ਇਹ ਇਨਸਾਨ ਫਲ ਤਾਂ ਕੀਤੇ ਕਰਮਾਂ ਦੇ ਪਾਈ ਭੋਗਦਾ, ਦੋਸ਼ ਦੇ ਮੈਂ ਵਾਹਿਗੁਰੂ, ਫਲ ਕੀਤੇ ਕਰਮਾਂ ਦੇ ਭੋਗਦਾ, ਦੋਸ਼ ਦੇ ਮੈਂ ਵਾਹਿਗੁਰੂ। ਫਲ ਕੀਤੇ ਬਈ ਫਲ ਕੀਤੇ ਕਰਮਾਂ ਦੇ ਬੰਦਿਆਂ ਭੋਗ ਲੈ ਹੋਏ ਦੋਸ਼ ਦੇ ਮੇ, ਫਲ ਤਾਂ ਕੀਤੇ ਕਰਮਾਂ ਦੇ ਫਲ ਤਾਂ ਕੀਤੇ ਕਰਮਾਂ ਦੇ ਭੋਗਦੇ, ਦੋਸ਼ ਦਿੰਦਾ ਅਕਾਲ ਪੁਰਖ ਵਾਹਿਗੁਰੂ ਨੂੰ ਬਈ ਇਹ ਤਾਂ ਦੋਸ਼ ਹੀ ਭਗਵਾਨ, ਚੰਗੇ ਥਾਂ ਤੇ ਆਪ ਆਪਾਂ ਖੜ ਜਾਂਦੇ ਹਾਂ, ਮਾੜੇ ਥਾਂ ਤੇ ਭਗਵਾਨ ਨੂੰ ਕਢਾ ਦਿੰਦੇ। ਇਹ ਤਾਂ ਕਹਿੰਦੇ ਨੇ ਕਰਨਾ ਹੀ ਸੀ ਭਗਵਾਨ ਨੇ, ਜੇ ਚੰਗਾ ਕਰਤਾ ਫਿਰ ਕਹਿੰਦੇ ਤਾਂ ਮੈਂ ਕੀਤਾ, ਫਿਰ ਵੀ ਕਹਿ ਰਿਹਾ ਕਰੋ ਵੀ ਤਾਂ ਭਗਵਾਨ ਕਰਨ ਵਾਲਾ, ਈਸ਼ਵਰ ਕਰਨ ਵਾਲਾ, ਨਿਰੰਕਾਰ ਬਾਦਸ਼ਾਹ ਦਾ ਉੱਥੇ ਕੋਈ ਸਵਾਲ ਚੱਲਦਾ। ਉਹ ਪੰਡਿਤ ਵਿਦਵਾਨ ਕਹਿੰਦਾ ਆਪਦੇ ਪੁੱਤਰ ਨੂੰ, ਇਹ ਪੁੱਤਰ ਇਹ ਰਾਜੇ ਨੂੰ ਸਲਾਮ ਕਰਦੇ ਜਾ ਕੇ। ਉਹ ਕਹਿਣ ਲੱਗਿਆ ਮੈਂ ਸਲਾਮ ਕਰਾਂ ਰਾਜੇ ਨੂੰ, ਇਹੋ ਜਿਹੇ ਰਾਜੇ ਤਾਂ ਮੈਨੂੰ ਸਲਾਮਾਂ ਕਰਦੇ ਰਹੇ ਨੇ, ਮੈਂ ਇਹਨੂੰ ਸਲਾਮ ਕਿਵੇਂ ਕਰਾਂ। ਪਿਤਾ ਨੂੰ ਕ੍ਰੋਧ ਆ ਗਿਆ, ਕਹਿਣ ਲੱਗਿਆ ਜੇ ਰਾਜੇ ਨੂੰ ਸਲਾਮ ਕਰ ਦੇਵੇਂਗਾ ਤਾਂ ਕੀ ਗੱਲ ਹੈ, ਨਾ ਤੇਰੇ ਹੱਥ ਨਾ ਪੈਰ, ਸਾਨੂੰ ਤਾਂ ਤੂੰ ਰੋਟੀ ਤੋਂ ਵੀ ਭਾਰ ਹੈ।
ਰੋਟੀ ਵੀ ਦੇਣੀ ਪੈਂਦੀ ਹੈ ਤੈਨੂੰ, ਤੇਰੇ ਰੋਜ਼ ਕਿਰਿਆ ਕੰਮ ਕਰਦਿਆਂ ਚੱਕੀ ਫਿਰਦਿਆਂ ਰਾਜਾ ਤੈਨੂੰ ਕੁਛ ਮਾਇਆ ਲਾ ਦੇਗਾ, ਉਹਦੇ ਨਾਲ ਤੇਰਾ ਗੁਜ਼ਰਾਨ ਚੱਲੀ ਜਾਵੇਗਾ। ਉਹ ਪੁੱਤਰ ਕਹਿੰਦਾ, ਪਿਤਾ ਜੀ ਇਹ ਭੁੱਲ ਹੈ, ਨੇਰਾ ਕੀ ਰੋਜ਼ੀ ਤੁਸੀਂ ਦਿੰਦੇ ਹੋ ਜਾਂ ਰਾਜਾ ਦਿੰਦਾ? ਰੋਜ਼ੀ ਦੇਣ ਵਾਲਾ ਕੌਣ ਹੈ? ਰੋਜ਼ੀ ਦੇਣ ਵਾਲਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਕਿ ਰੋਜ਼ੀ ਦਹਿੰਦ ਹੈ। ਰੋਜ਼ੀ ਦੇਣ ਵਾਲਾ ਇੱਕੋ ਹੀ ਦਾਤਾਰ ਹੈ ਜਿਹਦਾ ਦਿੱਤਾ ਸਾਰੇ ਖਾਂਦੇ ਆ। ਤੁਸੀਂ ਕਹਿੰਦੇ ਹੋ ਕਿ ਇਹ ਰਾਜੇ ਦਾ ਤੂੰ ਸਲਾਮ ਕਰਦੀ ਤੈਨੂੰ ਭੋਜਨ ਲਾ ਦੇਗਾ ਸਾਰੀ ਜ਼ਿੰਦਗੀ ਦਾ, ਜੇ ਤੁਸੀਂ ਮੈਨੂੰ ਥੱਲੇ ਉਤਾਰ ਦਵੋ। ਆ ਜਿਹੜਾ ਸਵਾਲ ਸਭਾ ਵਿੱਚ ਹੋ ਰਿਹਾ ਮੈਂ ਇਹਦਾ ਜਵਾਬ ਦੇ ਦਵਾਂ। ਪਿਤਾ ਕਹਿੰਦਾ, ਮੈਂ ਤੈਨੂੰ ਸਲਾਮ ਕਰਨ ਨੂੰ ਆਖਦਾ, ਤੂੰ ਸਵਾਲ ਦੇ ਜਵਾਬ, ਬੜੇ ਬੜੇ ਵਿਦਵਾਨ ਬੈਠੇ ਨੇ ਕਾਂਸ਼ੀ ਪੜ੍ਹੇ ਹੋਏ, ਤੂੰ ਅਜੇ ਪੜ੍ਹਿਆ ਨਹੀਂ ਲਿਖਿਆ ਨਹੀਂ, ਕੱਲ ਦਾ ਅਜੇ ਬੱਚਾ, ਹੁਣ ਤੂੰ ਸਵਾਲ ਦੇ ਜਵਾਬ ਦੇਣ ਲੱਗ ਗਿਆ। ਕ੍ਰੋਧ ਆ ਗਿਆ ਪਿਤਾ ਨੂੰ, ਬ੍ਰਾਹਮਣ ਨੂੰ ਘਰੇ ਆ ਗਿਆ, ਕ੍ਰੋਧ ਦਾ ਭਰਿਆ ਹੋਇਆ। ਘਰਵਾਲੀ ਕਹਿੰਦੀ ਕਿ ਰਾਜੇ ਨੇ ਕੁਛ ਮਾਇਆ ਲਾਤੀ ਇਹਨੂੰ? ਉਹ ਕਹਿੰਦਾ, ਸਾਂਭ ਲੈ ਲਾਡਲੇ ਨੂੰ, ਕੀ ਮਾਇਆ ਲਾਉਣੀ ਸੀ, ਨਾ ਇਹਨੇ ਸਲਾਮ ਕੀਤੀ। ਕਹਿੰਦਾ, ਇਹੋ ਜਿਹੇ ਰਾਜੇ ਤਾਂ ਮੈਨੂੰ ਸਲਾਮਾਂ ਕਰਦੇ ਰਹੇ ਨੇ, ਨਾ ਇਹਨੇ ਮੇਰੇ ਬਚਨ ਮੰਨਣ ਤੋਂ ਇਨਕਾਰ ਇਹਨੇ ਕਰ ਦਿੱਤਾ। ਇਹ ਕਹਿੰਦਾ, ਆ ਮੈਂ ਸਵਾਲ ਦਾ ਜਵਾਬ ਦੇ ਦਵਾਂ, ਔਰ ਫਿਰ ਇਹ ਮੈਨੂੰ ਕਹਿੰਦਾ ਵੀ ਰੋਟੀ ਤਾਂ ਮੈਨੂੰ ਭਗਵਾਨ ਦੇਣ ਵਾਲੇ, ਨਾ ਤੂੰ ਰੋਜੀ ਦਿੰਦਾ ਨਾ ਰਾਜਾ ਦਿੰਦਾ, ਇਹ ਤਾਂ ਤੈਨੂੰ ਭੁੱਲ ਹੈ। ਬ੍ਰਾਹਮਣੀ ਉਸ ਨੂੰ ਵੀ ਕ੍ਰੋਧ ਆ ਗਿਆ, ਕਹਿੰਦੀ ਅਸੀਂ ਤੇਰਾ ਇਤਨਾ ਬਚਪਨ ਤੋਂ ਲੈ ਕੇ ਤੈਨੂੰ ਪਾਲਣਾ ਪਲੋਸਣਾ ਕੀਤਾ, ਤੂੰ ਅੱਜ ਭੁਲਾ ਦਿੱਤਾ, ਦੇਖੀਏ ਤੇਰਾ ਰਾਮ ਭਗਵਾਨ ਤੇਰੇ ਮੂੰਹ ਵਿੱਚ ਆ ਕੇ ਭੋਜਨ ਪਾ ਦੇਗਾ, ਜੇ ਅਸੀਂ ਨਾ ਭੋਜਨ ਪਾਈਏ ਤੂੰ ਤਾਂ ਬੁਰਕੀ ਵੀ ਚੱਕ ਕੇ ਤੋੜ ਨਹੀਂ ਸਕਦਾ, ਅਸੀਂ ਬੁਰਕੀਆਂ ਪਾ ਕੇ ਤੇਰਾ ਪੇਟ ਭਰਦੇ ਹਾਂ। ਜਾ ਕਹਿੰਦੀ ਲੈ ਜਾ ਇਹਨੂੰ ਕਿਸੇ ਜੰਗਲ ਵਿੱਚ ਸਿੱਟਿਆ, ਦੇਖਾਂਗੇ ਭਗਵਾਨ ਇਹਦੀ ਪਰਵਰਿਸ਼ ਕਿਵੇਂ ਕਰੇਗਾ। ਮਾਤਾ ਪਿਤਾ ਅਨਿਆਈ ਹੋ ਗਏ, ਅਧਰਮੀ ਹੋ ਗਏ, ਜਿਨ੍ਹਾਂ ਨੇ ਲਿਜਾ ਕੇ ਆਪਣੇ ਪੁੱਤਰ ਨੂੰ ਇੱਕ ਜੰਗਲ ਦੇ ਅੰਦਰ ਦਰਖਤ ਦੇ ਥੱਲੇ ਬਹਾਲ ਦਿੱਤਾ। ਕਹਿੰਦਾ, ਇੱਥੇ ਦੇਖਾਂਗੇ ਤੇਰਾ ਰਾਮ ਆਉਂਦਾ ਕਿ ਨਹੀਂ। ਉਹ ਕਹਿੰਦੇ, ਪਿਤਾ ਜੀ ਰਾਮ ਤਾਂ ਘਟਾਂ ਘਟਾਂ ਵਿੱਚ ਹੈ, ਮੈਨੂੰ ਰੋਜ਼ੀ ਇਕੱਲੇ ਨੂੰ ਥੋੜਾ ਦਿੰਦਾ, ਉਹ ਤਾਂ ਸਾਰੀ ਦੁਨੀਆਂ ਨੂੰ ਦਿੰਦਾ, ਉਹ ਤਾਂ ਪੱਥਰਾਂ ਦੇ ਕੀੜਿਆਂ ਨੂੰ ਵੀ ਪਾਲਦਾ, ਪੱਥਰ ਚ ਕੀੜਾ ਉਹਨੂੰ ਵੀ ਰੋਜ਼ੀ ਦਿੰਦਾ, ਮੈਨੂੰ ਕਿਉਂ ਨਹੀਂ ਦਊਗਾ? ਕੋਈ ਗੱਲ ਨਹੀਂ, ਮੈਂ ਉਹਦੇ ਤੇ ਵਿਸ਼ਵਾਸ ਹੈ, ਭਰੋਸਾ ਹੈ, ਸ਼ਰਧਾ ਹੈ, ਇਹ ਹੈ ਵਿਸ਼ਵਾਸ। ਜਿਹਦੇ ਗਿਰਦੇ ਵਿੱਚ ਸੱਚਾ ਵਿਸ਼ਵਾਸ ਹੈ ਗੁਰੂ ਦਾ,
ਔਰ ਗੁਰੂ ਦੇ ਪ੍ਰਤੀ ਭਰੋਸਾ ਹੈ ਤਦ ਹੀ ਆਖਦੇ ਨੇ ਐ ਇਨਸਾਨ ਸਤਿਗੁਰੂ ਦਾ ਵਿਸ਼ਵਾਸ ਭਰੋਸਾ ਤੇਰੇ ਹਿਰਦੇ ਵਿੱਚ ਗੁਰ ਕੀ ਪ੍ਰਤੀਤ ਜੀ ਸੇਵਕ ਮਨ ਬਸਦੀ ਹੋਵੇ ਗੁਰ ਕੀ ਪ੍ਰਤੀਤ ਜੀ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਗੁਰ ਕੀ ਪ੍ਰਤੀਤ ਜੀ ਸੇਵਕ ਮਨ ਬਸਦੀ ਹੋਵੇ ਗੁਰ ਕੀ ਪ੍ਰਤੀਤ ਜੀ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਗੁਰ ਕੀ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਹਾਂ ਸੇਵਕ ਮਨ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਹੋਵੇ ਸੇਵਕ ਮਨ ਬਸਦੀ ਸੇਵਕ ਮਨ ਬਸਦੀ ਗੁਰ ਕੀ ਪ੍ਰਤੀਤ ਪਿਆਰਿਓ ਸੇਵਕ ਮਨ
ਜੀ ਦੇ ਮਨ ਵਿੱਚ ਗੁਰਾਂ ਦੀ ਪ੍ਰਤੀਤ ਵਿਸ਼ਵਾਸ ਆ ਗਿਆ, ਉਹਨਾਂ ਦੇ ਬੇੜੀ ਪਾਰ ਹੋ ਜਾਂਦੇ ਨੇ। ਔਰ ਦਾਣਾ ਪਾਣੀ ਤੋਂ ਹੈ ਹੀ ਭਗਵਾਨ ਦਾ, ਦਾਣਾ ਪਾਣੀ ਸਤਿਗੁਰਾਂ ਦਾ, ਪਰਮੇਸ਼ਰ ਦੇ ਮਹਾਰਾਜ ਪਾਤਸ਼ਾਹ ਨੇ, ਮਹਾਰਾਜੇ ਪਟਿਆਲੇ ਨੇ, ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਮਹਿਲਾਂ ਵਿੱਚ ਆਓ, ਚਰਨ ਪਾਓ, ਕਿਰਪਾ ਕਰੋ। ਮਹਾਰਾਜ ਕਹਿੰਦੇ ਬਾਦਸ਼ਾਹ ਦੀ ਮਹਿਲਾਂ ਵਿੱਚ ਸਮਾਂ ਬਖਸ਼ ਦਿੱਤਾ ਜਾਣ ਦਾ, ਇੱਕ ਤਾਂ ਦੀਨ ਦੁਨੀਆ ਦਾ ਪਾਤਸ਼ਾਹ, ਇੱਕ ਦੁਨਿਆਵੀ ਦੁਨੀਆ ਦਾ ਬਾਦਸ਼ਾਹ। ਭੋਜਨ ਛਕੋ ਮਹਾਰਾਜ। ਮਹਾਂਪੁਰਸ਼ ਕਹਿੰਦੇ ਹਾਂ ਬਈ ਜ਼ਰੂਰ ਛਕਾਂਗੇ। ਭੋਜਨ ਛਕਣ ਵਾਸਤੇ ਪੰਗਤਾਂ ਲੱਗ ਗਈਆਂ, ਰਾਜਾ ਤੇ ਰਾਣੀ ਇੱਕ ਪਾਸੇ ਬੈਠੇ ਰਹੇ। ਜੋ ਰਾਜਿਆਂ ਦੇ ਘਰੇ ਨੌਕਰ ਚਾਕਰ ਉਹ ਸੇਵਾ ਕਰਦੇ ਨੇ, ਤੋ ਮਹਾਰਾਜ ਨੇ ਜਿਸ ਵੇਲੇ ਭੋਜਨ ਛਕਿਆ, ਚੂੜਾ ਪੜਨ ਲੱਗੇ, ਅਰਦਾਸ ਕਹਿੰਦੇ ਹਾਂ ਆਪਾਂ। ਅੱਗੇ ਤਾਂ ਸੰਗਤਾਂ ਹੀ ਕਰ ਦਿੰਦੀਆਂ ਸੀ, ਅੱਜ ਕੁਝ ਬਾਦਸ਼ਾਹ ਨੂੰ ਦੱਸਣ ਵਾਸਤੇ ਮਹਾਂਪੁਰਸ਼ ਕਹਿੰਦੇ ਬਈ, ਇਸ਼ਾਰਾ ਕੀਤਾ ਸੇਵਾਦਾਰ ਸਮਝ ਕੇ, ਮਹਾਂਪੁਰਸ਼ ਉਸਾ ਉਚਾਰਨ ਕਰਨਗੇ। ਜਲ ਪਾਣੀ ਭੋਜਨ ਛਕਣ ਤੋਂ ਬਾਅਦ ਸੰਤ ਮਹਾਰਾਜ ਨੇ ਗਿਆਨ ਦੇਣ ਵਾਸਤੇ ਕੋਈ ਸ਼ਬਦ ਵਿੱਚ ਬਹੁਤਾ ਨਹੀਂ, ਇੱਕੋ ਹੀ ਤੀਰ ਬਹੁਤ ਹੈ, ਕਹਿੰਦੇ ਦਾਣਾ ਪਾਣੀ ਗੁਰੂ ਸਾਹਿਬ ਦਾ, ਟਹਿਲ ਪਾਣੀ ਇਹਨਾਂ ਨੌਕਰਾਂ ਦੀ, ਦਾਣਾ ਪਾਣੀ ਗੁਰੂ ਸਾਹਿਬ ਦਾ, ਟਹਿਲ ਪਾਣੀ ਨੌਕਰਾਂ ਦੀ, ਆਪਦੇ ਦਰ ਪ੍ਰਵਾਨ ਕਰੀ। ਰਾਜਾ ਤੇ ਰਾਣੀ ਕਹਿਣ ਲੱਗੀ, ਮਹਾਰਾਜ ਭੋਜਨ ਛਕਿਆ, ਤੁਸੀਂ ਰਾਜੇ ਦੇ ਮਹਿਲਾਂ ਚ ਆਏ ਹੋ, ਮੇਰਾ ਤਾਂ ਨੌ ਹੀ ਨਹੀਂ ਲਿਆ। ਮਹਾਰਾਜ ਕਹਿੰਦੇ ਬਈ ਤੇਰਾ ਇਹਦੇ ਚ ਕੀ ਸੀ, ਦਾਣਾ ਪਾਣੀ ਅਕਾਲ ਪੁਰਖ ਵਾਹਿਗੁਰੂ ਦਾ ਛਕਾਇਆ ਨੌਕਰਾਂ ਨੇ, ਟਹਿਲ ਪਾਣੀ ਤਾਂ ਇਹਨਾਂ ਦੀ ਆ, ਫਿਰ ਤੇਰਾ ਤੇ ਇਹਦੇ ਚ ਕੁਛ ਨਹੀਂ, ਤੂੰ ਇਹ ਭੋਜਨ ਨੂੰ ਆਪਦਾ ਮੰਨਦਾ, ਤੇਰਾ ਨਹੀਂ ਹੈ। ਹਾਂ ਤੇਰੀ ਸੇਵਾ ਤਾਂ ਹੁੰਦੀ ਜੇ ਤੂੰ ਆ ਕੇ ਤੂੰ ਸੇਵਾ ਕਰਦਾ, ਤੁਸੀਂ ਤਾਂ ਕੁਰਸੀ ਤੇ ਚੜੇ ਬੈਠੇ ਹੋ, ਤੁਹਾਡਾ ਨਾਮ ਕਿਵੇਂ ਅਰਦਾਸੇ ਚ ਆ ਜਾਂਦਾ। ਫਿਰ ਹੁਣ ਜਦੋਂ ਦਿਮਾਗ ਖਾਲੀ ਹੁੰਦਾ ਨਾ, ਉਦੋਂ ਫਿਰ ਵਿਚਾਰ ਸੁੱਝਦੀ ਹੈ, ਵਿਚਾਰ ਫਿਰ ਦਿਮਾਗ ਖਾਲੀ ਹੋਇਆ, ਉਹ ਹੋ ਇਹ ਤਾਂ ਗੱਲ ਹੀ ਕੁਛ ਹੋਰ ਹੈ, ਇਹ ਤਾਂ ਮਿਲਦੇ ਹੀ ਸੇਵਾ ਚੋਂ ਹੈ, ਆਪ ਚਾਹੇ ਕਿੱਡਾ ਹੀ ਵੱਡਾ ਬਣ ਜਾ। ਔਰ ਜਿਹਦੇ ਅੰਦਰ ਕੁਛ ਗਿਆਨ ਨਹੀਂ, ਔਰ ਭਾਵੇਂ ਉਹ ਸੱਤ ਮੰਜ਼ਿਲ ਦੀ ਤਾਰੀ ਤੇ ਬਹਿ ਜਾ,
ਬਾਦਸ਼ਾਹ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਇੱਕ ਦਿਨ ਭੋਜਨ ਹੋਰ ਬਖਸ਼ ਦਿਓ। ਮਹਾਰਾਜ ਕਹਿੰਦੇ ਚਲੋ ਕੱਲ ਨੂੰ ਫਿਰ ਛਕ ਲਾਂਗੇ, ਕਿਉਂਕਿ ਦਿਆਲਤਾ ਦੇ ਸਾਗਰ ਜਿਹੜੇ ਕਾਰਕ ਪੁਰਸ਼ ਹੁੰਦੇ ਨੇ ਉਹ ਨਾਲ ਹੀ ਮਿਲ ਕੇ ਤਾਰਨ ਦਾ ਯਤਨ ਕਰਦੇ ਨੇ। ਜੀਵ ਤਰੇ ਕਿਵੇਂ ਨਾ ਕਿਵੇਂ, ਕਾਰਕ ਤੋਂ ਤਰੇ ਹੀ ਹੋਏ ਨੇ। ਕਾਰਕ ਪੁਰਸ਼ਾਂ ਦਾ ਅਖੀਰਲੀ ਮੰਜ਼ਿਲ ਹੈ ਭਗਤਾਂ ਦੀ ਮੰਜ਼ਿਲ ਚੋਂ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਪਹਿਲਾਂ ਪਾਪੀਆਂ ਦੀ, ਪੁੰਨੀਆਂ ਦੀ, ਪ੍ਰਾਣ ਜਾਮੀਆਂ ਦੀ, ਫਿਰ ਹੀ ਮੰਜ਼ਿਲਾਂ ਬਦਲਦੀਆਂ ਬਦਲਦੀਆਂ। ਉਸ ਤੋਂ ਅੱਗੇ ਬ੍ਰਹਮ ਗਿਆਨੀ ਚਲੇ ਗਏ, ਉਦੋਂ ਉੱਪਰ ਕਾਰਕਾਂ ਦੀ ਗਤੀ ਆ ਗਈ। ਜਿਹੜੇ ਕਾਰਕ ਪੁਰਸ਼ ਆਉਂਦੇ ਨੇ ਨਾ, ਕਾਰਕ ਅਵਤਾਰ, ਉਹ ਫਿਰ ਇਉਂ ਆਉਂਦੇ ਨੇ ਵੀ ਜਿਹੋ ਜਿਹਾ ਜੀਵ ਹੈ ਉਹੋ ਜਿਹੀ ਬਣ ਜਾਣੇ, ਉੱਕਣੀ ਤਾਰ ਦੇਣੇ ਉਹਨੂੰ। ਮਾਇਆ ਹੀ ਹੈ ਉਸ ਪਿਆਰ ਵਿੱਚ। ਰਾਜਾ ਤੇ ਰਾਣੀ ਦੂਜੇ ਦਿਨ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਭੋਜਨ ਲਿਆਂਦਾ, ਹੱਥ ਧੁਆਏ, ਚਰਨ ਧੋਤੇ, ਹੁਣ ਅੱਜ ਅਰਦਾਸ ਕੀਤੀ ਹੈ। ਦਾਣਾ ਪਾਣੀ ਗੁਰੂ ਸਾਹਿਬ ਦਾ, ਟਹਿਲ ਪਾਣੀ ਰਾਜਾ ਤੇ ਰਾਣੀ ਦੀ, ਲੇਖੇ ਲਾਈ ਮਹਾਰਾਜ। ਜੇ ਹੱਥਾਂ ਨਾਲ ਸੇਵਾ ਕਰੀ ਤਾਂ ਹੀ ਪ੍ਰਵਾਨ ਹੋ। ਇੱਥੇ ਅਸੀਂ ਆਖਦੇ ਹਾਂ ਵੀ ਇਹ ਤਾਂ ਸਾਡਾ ਹੀ ਹੈ। ਹੇ ਪਿਤਾ ਤੈਨੂੰ ਅਗਿਆਨਤਾ ਹੈ, ਦਾਣਾ ਪਾਣੀ ਪਰਮੇਸ਼ਰ ਨੇ ਦੇ ਦੇਣਾ, ਪੱਥਰਾਂ ਦੇ ਕੀੜਿਆਂ ਨੂੰ ਵੀ ਦਿੰਦਾ ਹੈ। ਕਹਿੰਦਾ ਦੇਖਾਂਗੇ ਰੱਬ ਤੈਨੂੰ ਦਿੰਦਾ। ਚਲਿਆ ਗਿਆ। ਭਗਵਾਨ ਦੇ ਆਸਨ, ਭਗਵਾਨ ਨੇ ਜਦ ਇਹ ਬਿਹਮਾਤ ਨੂੰ ਬੁਲਾਇਆ, ਜਦੋਂ ਸਾਰੇ ਆਸਰੇ ਆਪਾਂ ਛੱਡ ਦਈਏ ਨਾ, ਦੇਖ ਲਓ ਕੋਈ ਵੀ ਛੱਡ ਕੇ ਦੇਖ ਲਓ, ਜਦੋਂ ਆਪਾਂ ਇੱਕ ਰਾਂਚਕ ਮਾਤਰ ਵੀ ਆਸਰਾ ਰੱਖਾਂਗੇ, ਕਾਰਜ ਸਿਰੇ ਨਹੀਂ ਚੜ੍ਹਦਾ। ਜਦੋਂ ਸਾਰੇ ਆਸਰੇ ਇੱਕ ਵਾਰੀ ਤੋੜ ਦਈਏ, ਛੱਡ ਦਈਏ, ਫਿਰ ਇੱਕੋ ਹੀ ਆਸਰਾ ਰਹਿ ਜਾਵੇ, ਫਿਰ ਭਗਵਾਨ ਕਿਤੇ ਦੂਰ ਨਹੀਂ, ਉਹ ਤੇਰੇ ਕਾਰਜ ਆਪ ਹੀ ਕਰ ਦੇਣਗੇ ਆ। ਪਰ ਉਸ ਵੇਲੇ ਅਜੇ ਸਾਡੇ ਮਨਾਂ ਚ ਰਹਿੰਦਾ ਸਾਡਾ ਕਾਰਜ ਆ ਕਰੇਗਾ, ਫਲਾਣਾ ਕਰ ਦੇਵੇਗਾ। ਅਸੀਂ ਭੰਡਾਰੇ ਕਰਨੇ ਨੇ। ਕਬੀਰ ਜੀ ਦੇ ਭੰਡਾਰਿਆਂ ਨੂੰ ਕਿਹਨੇ ਕੀਤਾ? ਧਰੂਮ ਭਗਤ ਦੇ ਕਾਰਜਾਂ ਨੂੰ ਕਿਹਨੇ ਕੀਤਾ? ਉਹ ਕਰਨ ਵਾਲਾ ਇੱਕੋ ਹੀ ਹੈ, ਦਾਤਾਰ ਨਿਰੰਕਾਰ। ਭਗਵਾਨ ਕਹਿੰਦੇ ਬਹਿਮਾਤ ਛੇਤੀ ਜਾ, ਉਹ ਪੁੱਤਰ ਬੱਚਾ ਭਾਵੇਂ ਉਹ ਛੋਟੀ ਬਸਤ ਹੈ, ਜਵਾਨੀ ਵਿੱਚ ਜਾਣ ਵਾਲਾ ਹੈ, ਪਰ ਫਿਰ ਵੀ ਅਜੇ ਬੱਚਾ, ਉਹਦੇ ਅੰਗ ਪੈਰ ਨਹੀਂ। ਜਾ ਕੇ ਤੇਰੀ ਡਿਊਟੀ ਹੈ, ਤੈਂ ਦੁੱਧ ਪਾਣੀ ਵਗੈਰਾ ਉਹਨੂੰ ਤੈਂ ਛਕਾਉਣਾ ਹੈ। ਬਿਓ ਮਾਤਾ ਉਹਦੇ ਕੋਲ ਆ ਕੇ, ਇੱਕ ਮਾਤਾ ਦੇ ਰੂਪ ਵਿੱਚ ਆ ਕੇ ਦੁੱਧ ਪਾਣੀ ਭੋਜਨ ਛਕਾ ਕੇ ਉਹਨੂੰ ਰਜਾ ਕੇ ਚਲੀ ਜਾਂਦੀ ਹੈ। ਫਿਰ ਜਿੱਥੇ ਨਾਮ ਜਪਦਾ ਉਹ ਚਾਹੇ ਵੀਰਾਨ ਥਾਂ ਹੈ, ਉਹ ਭਾਗਾਂ ਵਾਲੀ ਬਣ ਗਈ, ਉਹ ਧਰਤੀ ਚੋਂ ਮਹਿਕ ਆਉਣ ਲੱਗ ਗਈ। ਜਿਹੜੇ ਜੰਗਲ ਦੇ ਜਾਨਵਰ ਸੀ ਨੇੜੇ ਆਉਣ ਲੱਗ ਗਏ, ਨੇੜੇ ਆ ਕੇ ਬਹਿੰਦੇ ਨੇ, ਦੇਖਦੇ ਨੇ, ਕਿਉਂਕਿ ਸ਼ਾਂਤੀ ਜਿਉਂ ਆਉਂਦੀ ਹੈ, ਮਿਲਦੀ ਹੈ। ਜੰਗਲ ਦਾ ਜਾਨਵਰ ਦੇਖਦੇ ਨੇ ਇਹਦੇ ਹੱਥ ਪੈਰ ਵੀ ਹਨ।
ਕੋਈ ਜਾਨਵਰ ਕੋਈ ਮੇਵਾ ਤੋੜ ਲਿਆਉਂਦਾ, ਕੋਈ ਜਾਨਵਰ ਕੋਈ ਫਲ ਤੋੜ ਲਿਆਉਂਦਾ, ਜਿਹਦੇ ਅਧੀਨ ਜੰਗਲ ਦੇ ਜਾਨਵਰ ਵੀ ਫਲ ਤੋੜ ਤੋੜ ਕੇ ਲਿਆ ਕੇ ਰੱਖ ਦੇਣ, ਏਡੋ ਵੱਡਾ ਹੋਰ ਚਮਤਕਾਰ ਕੀ ਹੋਵੇਗਾ। ਜੰਗਲ ਦੇ ਜਾਨਵਰਾਂ ਨੇ ਫਲ ਲਿਆ ਲਿਆ ਕੇ ਤੋੜ ਤੋੜ ਕੇ ਢੇਰ ਲਾ ਦਿੱਤੇ, ਛੱਕ ਦਿੰਦਾ ਔਰ ਆਨੰਦ ਹੋਇਆ ਬੈਠਾ, ਮੈਂ ਉਹ ਮੇਰੇ ਮਾਤਾ ਪਿਤਾ ਤਾਂ ਭੋਜਨ ਤੋਂ ਬੜੇ ਦੁਖੀ ਸੀ, ਇੱਥੇ ਭਗਵਾਨ ਨੇ ਢੇਰ ਹੀ ਲਾ ਦਿੱਤੇ, ਉੱਥੇ ਪਿਆਰ ਨਾਲ ਹੁਣ ਜ਼ਰਾ ਕੁਛ ਆਨੰਦ ਹੋਰ ਹੈ। ਕਥਾ ਦਾ ਇਹਦਾ ਪਿਆਰ ਵਿੱਚ ਆਨੰਦ ਮਾਣੋ। ਇੱਕ ਦਿਨ ਬਰਮਾ ਦੇ ਪੁੱਤਰ ਨਾਰਦ ਜੀ ਜਾਂਦੇ ਜਾਂਦੇ ਉਹਨਾਂ ਨੇ ਤੱਕਿਆ, ਇਹ ਮਹਿਕ ਕਿੱਥੋਂ ਆਉਂਦੀ ਹੈ, ਇਹ ਨਾਮ ਦੀ ਖੁਸ਼ਬੂ ਕਿੱਥੋਂ ਆਉਂਦੀ ਹੈ। ਤੋ ਜਿਸ ਵੇਲੇ ਲੰਘਦੇ ਲੰਘਦੇ ਕਿਆ ਦੇਖਿਆ, ਇੱਕ ਦਰਖਤ ਨੇ ਆਪਣਾ ਝੁੰਡ ਕੀਤਾ ਹੋਇਆ, ਉਹ ਬੱਚੇ ਦੇ ਆਲੇ ਦੁਆਲੇ ਨਾ ਹਵਾ ਆਵੇ ਨਾ ਹਨੇਰੀ ਆਵੇ ਨਾ ਮੀਂਹ ਆਵੇ, ਦਰਖਤ ਹੀ ਝੁੱਕ ਕੇ ਸੇਵਾ ਕਰ ਰਿਹਾ। ਔਰ ਪਿਆਰ ਵਿੱਚ ਨਾਰਦ ਜੀ ਨੇ ਜਾ ਕੇ ਤੱਕਿਆ, ਬੱਚਾ ਬੈਠਾ। ਨਾਰਦ ਜੀ ਨੇੜੇ ਗਏ, ਉਹਨੇ ਆਪਦੇ ਉਹ ਟੁੰਡਾ ਮੁੰਡਾ ਨਾਲ ਹੀ ਫਤਿਹ ਐ ਨਮਸਕਾਰ ਕੀਤੀ, ਆਓ ਮਹਾਰਾਜ ਆਓ। ਨਾਰਦ ਜੀ ਬੈਠੋ, ਜ਼ਿਆਦਾ ਇਹ ਕਿਹਾ, ਕਹਿੰਦੇ ਉਹ ਬੱਚੇ ਤੂੰ ਮੈਨੂੰ ਜਾਣਦਾ? ਹਾਂ ਮਹਾਰਾਜ ਜਾਣਦਾ, ਤੁਸੀਂ ਬਰਮਾ ਦੇ ਪੁੱਤਰ ਨਾਰਦ ਹੋ। ਉਹ ਬੱਚਾ, ਬੇਟਾ ਇਹ ਤੇਰੀ ਹਾਲਤ ਕਿਵੇਂ? ਕਹਿਣ ਲੱਗਿਆ, ਮਹਾਰਾਜ ਇਹ ਕੋਈ ਗੁਨਾਹ ਹੋ ਗਿਆ, ਉਹ ਪਿੱਛੇ ਉਹਦਾ ਫਲ ਮੈਨੂੰ ਮਿਲ ਗਿਆ, ਮੈਂ ਭੁਗਤ ਰਹੀ ਹਾਂ। ਪਰ ਅੱਛਾ ਇਉਂ ਦੱਸ, ਮੰਗ ਕੀ ਮੰਗਦਾ? ਮੈਂ ਬਰਮਾ ਦਾ ਪੁੱਤਰ ਨਾਰਦ ਹਾਂ। ਕਹਿਣ ਲੱਗਿਆ, ਮਹਾਰਾਜ ਸ਼ੁਕਰ ਹੈ ਤੁਸੀਂ ਦਰਸ਼ਨ ਦੇ ਦਿੱਤੇ, ਪਰ ਮੈਂ ਲੈਣਾ ਕੁਛ ਨਹੀਂ। ਕਹਿੰਦੇ ਨਹੀਂ ਬਈ ਮੰਗ। ਕਹਿੰਦਾ ਸਿਰੈ ਦੱਸੋ, ਕਿਰਪਾ ਕਰੋ, ਜੋ ਚੀਜ਼ ਮੈਨੂੰ ਦੇ ਕੇ ਜਾਵੋਗੇ ਮੇਰੇ ਕਰਮਾਂ ਚੋਂ ਦਵੋਗੇ ਜਾਂ ਆਪਦੇ ਕੋਲੋਂ ਹੀ ਦਵੋਗੇ ਮੈਨੂੰ ਕੁਛ, ਇਹ ਦੱਸੋ। ਨਾਰਦ ਜੀ ਹੈਰਾਨ ਹੋ ਗਏ, ਇੱਕ ਲਾਚਾਰ ਬੱਚਾ ਬੈਠਾ, ਤੁਰ ਨਹੀਂ ਸਕਦਾ, ਅਜੇ ਵੀ ਕਰਮਾਂ ਤੋਂ ਉੱਪਰਲੀ ਅਵਸਥਾ ਬੋਲਦਾ। ਉਹ ਬੱਚੇ ਇਹੋ ਜਿਹਾ ਸਵਾਲ ਤਾਂ ਕਿਸੇ ਨੇ ਕੀਤਾ ਨਹੀਂ, ਦੇਣਾ ਤਾਂ ਤੇਰੇ ਹੀ ਕਰਮਾਂ ਦਾ, ਤੇਰੇ ਹੀ ਕੀਤਾ ਹੋਇਆ ਦੇਣਾ, ਪਰ ਜਿਹੜਾ ਤੈਨੂੰ ਦਸਾਂ ਸਾਲਾਂ ਚ ਹੀ ਮਿਲਣਾ ਉਹ ਦਸਾਂ ਮਿੰਟਾਂ ਚ ਜਾਂ ਘੰਟਿਆਂ ਚ ਅਸੀਂ ਦੇ ਸਕਦੇ ਹਾਂ, ਇੰਨੀ ਇੱਕ ਗੱਲ ਹੈ, ਪਰ ਦੇਣਾ ਤੇਰੇ ਹੀ ਕਰਮਾਂ ਦਾ। ਕਹਿਣ ਲੱਗਿਆ, ਫਿਰ ਮਹਾਰਾਜ ਮੈਨੂੰ ਨਹੀਂ ਚਾਹੀਦਾ, ਜਦ ਮੇਰੇ ਕਰਮਾਂ ਦਾ ਉਹ ਤਾਂ ਮੈਨੂੰ ਮਿਲੇ ਹੀ ਜਾਣਾ, ਅੱਜ ਮਿਲ ਗਿਆ ਜਾਂ ਦਸਾਂ ਸਾਲਾਂ ਨੂੰ ਮਿਲ ਗਿਆ, ਤੁਹਾਡੀ ਮਿਹਰਬਾਨੀ ਕੀ ਹੋਈ? ਤੁਹਾਡੀ ਮਿਹਰਬਾਨੀ ਤਾਂ ਜੇ ਤੁਸੀਂ ਕੁਛ ਆਪਦੇ ਕੋਲੋਂ ਦੇ ਕੇ ਜਾਵੋ। ਕਹਿੰਦੇ ਬਈ ਕੋਲੋਂ ਤਾਂ ਨਹੀਂ ਕੁਛ ਦੇ ਸਕਦੇ। ਕਹਿੰਦਾ ਫਿਰ ਚੰਗਾ ਦਰਸ਼ਨ ਦੇ ਜਿਆ ਕਰੋ, ਹੋਰ ਕੁਛ ਨਹੀਂ ਮੰਗਦੇ। ਆਹ ਇਹੋ ਜੇ ਰੱਬ ਦੇ ਪਿਆਰੇ ਨਿਰੀਖਕ ਵੀ ਕੋਈ ਪੈਦਾ ਕੀਤੇ ਨੇ ਤੇ
ਸੱਚਮੁੱਚ ਲੋੜਾਂ ਵਾਲੇ ਹੈਨ ਕਨੇਰੇ, ਸਾਰੀ ਦੁਨੀਆ ਲੋੜਾਂ ਵਾਲੀ ਹੈ, ਲਿਸਟਾਂ ਬਣਾ ਲੈਂਦੇ ਨੇ ਮੰਗਣਾ ਕੀ ਹੈ ਰੱਬ ਤੋਂ, ਪਰ ਮਹਾਰਾਜ ਕਹਿੰਦੇ ਲੱਭ ਕੋਈ ਬੇਲੋੜੇ, ਬੇਲੋੜੇ ਮਿਲਦੇ ਨੇ ਤੈਨੂੰ ਕਿਤੇ, ਲੱਭ ਕੇ ਦੇਖ ਜਰਾ ਪਿਆਰ ਵੀ ਚਾਓ। ਨਾਰਦ ਜੀ ਹੈਰਾਨ ਕੀ ਪਰੇਸ਼ਾਨ ਹੋ ਗਏ, ਆਪਦੇ ਪਿਤਾ ਬਰਮਾ ਕੋਲ ਚਲੇ ਗਏ, ਕਹਿੰਦੇ ਕੀ ਗੱਲ ਪੁੱਤਰ ਨਾਰਦ ਕਿੱਥੋਂ ਆਏ, ਕਹਿੰਦੇ ਮਹਾਰਾਜ ਕੀ ਦੱਸੀਏ, ਇੱਕ ਬੱਚਾ ਬੈਠਾ ਲਾਚਾਰ, ਨਾ ਚਰਨ ਨਾ ਬਾਹਾਂ ਹੱਥ, ਔਰ ਮੈਨੂੰ ਇੱਕ ਸਵਾਲ ਬੜਾ ਉਹਨੇ ਗਹਿਰਾ ਕਰ ਦਿੱਤਾ, ਮੇਰੇ ਕਰਮਾਂ ਚੋਂ ਦਵੇਂਗਾ ਜਾਂ ਆਪਦੇ ਕੋਲੋਂ। ਬਰਮਾ ਜੀ ਕਹਿੰਦੇ ਇਹੋ ਜਿਹਾ ਪੁੱਤਰ ਕਿਹੜਾ ਪੈਦਾ ਹੋ ਗਿਆ ਧਰਤੀ ਤੇ, ਕਹਿੰਦੇ ਮਹਾਰਾਜ ਉਹ ਜੰਗਲ ਚ ਬੈਠਾ ਹੈ, ਜੰਗਲ ਦੇ ਜਾਨਵਰ ਨੇ ਜਿੰਨੇ ਉਹ ਲਿਆ ਲਿਆ ਕੇ ਫਲ ਮੇਵੇ ਉਹ ਉਹਨੂੰ ਭੇਟਾ ਕਰਦੇ ਨੇ। ਬਰਮਾ ਜੀ ਕਹਿੰਦੇ ਚੱਲ ਫਿਰ ਮੈਂ ਵੀ ਉਹਦੇ ਦਰਸ਼ਨ ਕਰਕੇ ਆਵਾਂ। ਆਹਾ, ਉਹ ਕਹਿੰਦੇ ਨਾਰਦ, ਬਰਮਾ ਜੀ ਕਹਿੰਦੇ ਨਹੀਂ ਐ ਕਰ, ਚੱਲ ਆਪਦੇ ਸ਼ਿਵਜੀ ਭਗਵਾਨ ਕੋਲ ਵੀ ਹੋ ਚੱਲੀਏ। ਸ਼ਿਵਜੀ ਮਹਾਰਾਜ ਕਹਿੰਦੇ ਕਿੱਧਰ ਚੱਲੇ ਪਿਓ ਪੁੱਤਰ ਬਰਮਾ ਤੇ ਨਾਰਦ, ਕਹਿੰਦੇ ਆਓ ਕਥਾ ਸੁਣਾਈ। ਸ਼ਿਵਜੀ ਕਹਿੰਦੇ ਚਲੋ ਮੈਂ ਵੀ ਚੱਲਦਾ। ਵਿਸ਼ਨਪੁਰੀ ਵਿੱਚ ਚਲੇ ਗਏ, ਵਿਸ਼ਨੂੰ ਭਗਵਾਨ ਦੀ ਤਾਂ ਖੇਡ ਹੀ ਸੀ ਸਾਰੀ, ਕਹਿੰਦੇ ਅੱਜ ਸਾਰਾ ਕੀ ਗੱਲ, ਸਾਰੇ ਇਕੱਠੇ ਹੋਈ ਆਉਂਦੇ ਨੇ ਭਗਵਾਨ ਸ਼ੰਕਰ, ਭਗਵਾਨ ਸ਼ਿਵਜੀ ਔਰ ਬਰਮਾ ਆਪ ਸਾਰੇ ਕਿੱਧਰ। ਕਹਿੰਦੇ ਮਹਾਰਾਜ ਹੈਰਾਨ ਕਰਨ ਵਾਲੀ ਗੱਲ, ਇੱਕ ਬੱਚਾ ਮ੍ਰਿਤ ਮੰਡਲ ਤੇ ਮਾਤ ਲੋਕ ਤੇ ਬੈਠਾ, ਆਪਦੇ ਕਰਮਾਂ ਦੇ ਵਿੱਚ ਉਹ ਬੜਾ ਵਿਸ਼ਵਾਸ ਰੱਖਦਾ। ਵਿਸ਼ਨੂੰ ਕਹਿੰਦੇ ਅੱਛਾ ਚਲੋ ਫਿਰ ਮੈਂ ਵੀ ਦਰਸ਼ਨ ਕਰਕੇ ਆਵਾਂ। ਸੱਚਮੁੱਚ ਬਰਮਾ ਵਿਸ਼ਨੂੰ ਵੀ ਮਹੇਸ਼ ਉਹ ਵੀ ਤੇਰੇ ਦਰਸ਼ਨਾਂ ਨੂੰ ਲੋੜੀਂਦੇ ਨੇ। ਕਿਹਨਾਂ ਦੇ? ਜਿਹੜੇ ਤੇਰੇ ਨਾਮ ਦੇ ਵਿੱਚ ਰਤੇ ਹੋਏ ਨੇ, ਜਿਹੜੇ ਨਾਮ ਜਪਦੇ ਨੇ। ਤਦੇ ਹੀ ਆਖਿਆ ਹੈ ਪੰਚਮ ਪਾਤਸ਼ਾਹ ਸੁਖਮਣੀ ਸਾਹਿਬ ਵਿੱਚ, ਪ੍ਰਭ ਕਾ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਉੱਚਾ ਪ੍ਰਭ ਕਾ ਸਿਮਰਨ ਹੈ, ਸਭ ਤੇ ਉੱਚਾ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਹੈ, ਸਭ ਤੇ ਪ੍ਰਭ ਕਾ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਉੱਚਾ ਪ੍ਰਭ ਕਾ ਸਿਮਰਨ ਜੀ ਸਭ ਤੇ ਉੱਚਾ, ਸਭ ਤੇ ਉੱਚਾ
ਸਿਮਰਨ ਤਾਂ ਸਭ ਤੋਂ ਹੀ ਉੱਚਾ ਹੈ। ਇਹ ਪਿਆਰ ਵਿੱਚ ਤਿੰਨੇ ਹੀ ਆ ਗਏ। ਜਦ ਵਰਮਾ ਜੀ ਨੂੰ ਤੋਰਿਆ, ਆਓ ਮਹਾਰਾਜ ਵਰਮਾ ਜੀ ਬੈਠੋ। ਕਹਿੰਦੇ ਬਈ ਪਛਾਣ ਲਿਆ ਬੱਚੇ? ਹਾਂ ਮਹਾਰਾਜ, ਤੁਸੀਂ ਸ੍ਰਿਸ਼ਟੀ ਸਾਜਣ ਵਾਲੇ ਹੋ। ਕਹਿੰਦੇ ਬਈ ਮੰਗ ਕੀ ਮੰਗਦਾ? ਉਹੀ ਸਵਾਲ, ਮੇਰੇ ਕਰਮਾਂ ਚੋਂ ਦੇ ਕੇ ਜਾਊਂਗੇ ਕਾਪ ਦੇ ਕੋਲੋਂ। ਕਹਿੰਦੇ ਬੱਚੇ ਦਵਾਂਗੇ ਤਾਂ ਤੇਰੇ ਕਰਮਾਂ ਚੋਂ। ਉਹ ਕਹਿੰਦਾ ਵੀ ਤੁਹਾਡੀ ਕੀ ਮਿਹਰਬਾਨੀ ਹੋਈ, ਫਿਰ ਉਹ ਤਾਂ ਮੈਨੂੰ ਮਿਲੀ ਜਾਣਾ, ਫਿਰ ਨਹੀਂ ਕੁਛ ਲੈਣਾ। ਤਿੰਨੇ ਜਾਣੇ ਵਾਰੀ ਵਾਰੀ ਜਾ ਕੇ, ਇਹੋ ਜਿਹਾ ਹੈ ਕੋਈ ਜਿਹੜਾ ਰੱਬ ਨੂੰ ਕਹਿ ਦੇਵੇ ਕੁਛ ਨਹੀਂ ਚਾਹੀਦਾ? ਬਿਰਲੇ ਜਿਨ੍ਹਾਂ ਦੇ ਮਨ ਵਿੱਚ ਪ੍ਰਵਾਸ ਹੈ, ਵਿਸ਼ਵਾਸ ਹੈ ਕੋਈ, ਸ਼ਰਧਾ। ਬੜੀ ਔਖੀ ਗੱਲ ਹੈ, ਲੱਖਾਂ ਕਰੋੜਾਂ ਚੋਂ ਇੱਕ ਹੈ ਉਹ ਪਿਆਰ ਵਿੱਚ। ਹੁਣ ਨਾਰਦ ਵਰਮਾ ਵਿਸ਼ਨੂੰ ਮਹੇਸ਼ ਕਹਿੰਦੇ ਬਈ ਆਏ ਵੀ ਆਪਾਂ, ਔਰ ਕੁਛ ਦਿੱਤਾ ਵੀ ਨਾ, ਇਹ ਤਾਂ ਬੱਚਾ ਨਹੀਂ ਮੰਗਦਾ। ਚਲੋ ਐਂ ਕਰੋ, ਕਿਰਪਾ ਕਰ ਦਿਓ, ਆਪਦੇ ਕੋਲੋਂ ਹੀ ਕਰ ਦਿਓ, ਫਿਰ ਹੁਣ ਦੇਣਾ ਹੀ ਪਵੇਗਾ। ਜਦ ਖੁਸ਼ ਵੀ ਹੋ ਗਏ, ਆਏ ਵੀ ਆ, ਤਾਂ ਫਿਰ ਕਹਿੰਦੇ ਵਰਮਾ ਜੀ ਕਹਿੰਦੇ ਮੈਂ ਕੀ ਦੇ ਸਕਦਾ, ਮੈਂ ਤਾਂ ਇਹੋ ਜਿਹੇ ਭਾਂਡੇ ਸਾਜਦਾ ਹੀ ਆ ਨਾ, ਇੱਥੇ ਵਰਮੇ ਕਾੜਤ ਕਰੀਏ, ਮੈਂ ਤਾਂ ਇਹੋ ਜਿਹੀਆਂ ਬਥੇਰੀਆਂ ਕਾੜਤਾਂ ਕੱਢਦਾ। ਅੱਛਾ, ਮੈਂ ਇਹਨੂੰ ਇਹਦੇ ਚਰਨ ਤੇ ਇਹਦੇ ਹਸਤ ਕਮਲ ਜਿਹੜੇ ਨਹੀਂ ਹਨ, ਮੈਂ ਇਹਨੂੰ ਉਹ ਬਖਸ਼ ਦਿੰਦਾ ਜਿਹੜੇ ਇਹਨੂੰ ਅਜੇ ਨਹੀਂ ਪ੍ਰਾਪਤ ਹੋਏ। ਚਰਨ ਵੀ ਮਿਲ ਗਏ, ਹਸਤ ਕਮਲ ਵੀ ਮਿਲ ਗਏ। ਦ੍ਰਿਸ਼ਟੀ ਕੀਤੀ, ਕਿਉਂਕਿ ਉਹ ਵਰਮੇ ਨਹੀਂ ਦੇਣੇ ਸੀ, ਵਰਮਾ ਜੀ ਨੇ ਸਾਜ ਦਿੱਤਾ। ਔਰ ਵਿਸ਼ਨੂੰ ਨੂੰ ਕਹਿੰਦੇ ਮਹਾਰਾਜ ਸ਼ਿਵਜੀ ਤੁਸੀਂ ਦਿਓ। ਸ਼ਿਵਜੀ ਭਗਵਾਨ ਕਹਿੰਦੇ ਮੇਰੇ ਕੋਲ ਵਿਦਿਆ ਦਾ ਭੰਡਾਰ ਹੈ, ਮੈਂ ਇਹਨੂੰ ਆਪ ਦਾ ਭੰਡਾਰਾ ਸਾਰਾ ਹੀ ਬਖਸ਼ ਦਿੰਦਾ, ਇੱਕ ਰਤੀ ਵੀ ਕੋਲੇ ਨਹੀਂ ਰੱਖਦਾ। ਇੰਨੇ ਖੁਸ਼ ਹੋ ਗਏ, 14 ਨਿਦਾਨ ਵਿਦਿਆ। ਅੱਛਾ ਵਿਸ਼ਨੂੰ ਭਗਵਾਨ ਤੁਸੀਂ ਕੀ ਦਮੋਗੇ? ਉਹ ਕਹਿੰਦੇ ਫਿਰ ਜਿਹੜਾ ਮੇਰਾ ਭਜਨ ਕਰਦਾ, ਸਿਮਰਨ ਕਰਦਾ, ਉਹ ਤਾਂ ਪਤਾ ਹੀ ਹੈ ਤੁਹਾਨੂੰ ਕੀ ਮਿਲਦਾ। ਤਪ ਜੀ ਨੇ ਕੀਤਾ, ਤਪ ਕਰਕੇ ਉਹਨੂੰ ਰਾਜ ਗੱਦੀ ਪ੍ਰਾਪਤ ਹੋ ਜਾਂਦੀ ਹੈ। ਮੈਂ ਇਹਦੇ ਤੇ ਮਿਹਰ ਕਰ ਦਿੱਤੀ, ਇਹਨੂੰ ਰਾਜਾ ਬਣਾ ਦਿੰਦੇ ਹਾਂ, ਕਿਸੇ ਦੇਸ਼ ਦਾ ਬਾਦਸ਼ਾਹ ਬਣਾ ਦਿੰਦੇ ਹਾਂ। ਤਦੀ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਪ੍ਰਭ ਕੇ ਸਿਮਰਨ ਜੀ ਸਰਬ ਕੇ ਰਾਜੇ, ਸਰਬ ਕੇ ਰਾਜੇ, ਪ੍ਰਭ ਕੇ ਸਿਮਰਨ ਜੀ ਸਰਬ ਕੇ ਰਾਜੇ, ਸਿਮਰਨ ਜੀ ਨੇ ਚੱਲਿਆ ਸਣ, ਨੇ ਚੱਲਿਆ ਸਣ, ਪ੍ਰਭ ਕੇ ਸਿਮਰਨ ਜੀ ਨੇ ਚੱਲਿਆ ਸਣ, ਨੇ ਚੱਲਿਆ ਸਣ, ਚੱਲਿਆ
ਰਾਜਾ ਸਾਰੀ ਦੁਨੀਆ ਦਾ ਮੇਰੇ ਪਿਆਰੇ ਰਾਜਾ ਸਾਰੀ ਦੁਨੀਆ ਦਾ ਸਾਰੀ ਦੁਨੀਆ ਦਾ ਸੰਗ ਤੇ ਰਾਜਾ ਸਾਰੀ ਦੁਨੀਆ ਦਾ ਮੇਰੇ ਪਿਆਰੇ ਮਨ ਹੈ ਨਾਮ ਵਿੱਚ ਰੰਗਿਆ ਜੀਦਾ ਮਨ ਹੈ ਨਾਮ ਵਿੱਚ ਰੰਗਿਆ ਵੇ ਰਾਜਾ ਸਾਰੀ ਦੁਨੀਆ ਮੇਰੇ ਪਿਆਰੇ ਰਾਜਾ ਸਾਰੀ ਦੁਨੀਆ ਜੀਦਾ ਮਨ ਹੈ ਨਾਮ ਵਿੱਚ ਜੀਦਾ ਮਨ ਹੈ ਨਾਮ ਵਿੱਚ ਰੰਗਿਆ ਜੀ ਦਾ ਮਨ ਹੈ ਨਾਮ ਵਿੱਚ ਜੀ ਦਾ ਮਨ ਨਾਮ ਦੇ ਵਿੱਚ ਰੰਗਿਆ ਗਿਆ ਉਹ ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਗਿਆ ਸਾਰੀ ਦੁਨੀਆਂ ਦਾ ਰਾਜਾ ਬਣ ਗਿਆ ਆਹੋ ਕਿਨੇ ਹੀ ਬਣ ਜਾ ਕੰਸ਼ੀ ਤਾਂਬਾ ਕਿਨੇ ਹੀ ਲੌਂਗ ਸੁਪਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹੁਨਾਰੀ ਇੱਕ ਬੰਧਨ ਸੀ ਉਹਦੇ ਤਾਂ ਸਾਰੀ ਬੰਧਨ ਟੁੱਟ ਗਈ ਦੁਨੀਆਂ ਦਾ ਕਿਤੇ ਬਾਦਸ਼ਾਹ ਬਣਾ ਦਿੱਤਾ ਜਿਹਨੇ ਇੱਕ ਸ਼ਰਧਾ ਰੱਖ ਲਈ ਆਪਾਂ ਇੱਥੋਂ ਹੀ ਸ਼ੁਰੂ ਕਰਿਆ ਸੀ ਟੁੱਟੇ ਬੰਧਨ ਜਾਸ ਕੇ ਉਹ ਬੰਧਨ ਟੁੱਟ ਜਾਂਦੇ ਨੇ ਸੰਤਾਂ ਦੀ ਸੰਗਤ ਕਰ ਲੈ ਬੰਧਨ ਟੁੱਟ ਜਾਂਦੇ ਨੇ ਸਤਿਗੁਰ ਦੀ ਸੰਗਤ ਕਰ ਲੈ ਸੰਗਤ ਕਰ ਲੈ ਬੰਧਨ ਟੁੱਟ ਜਾਂਦੇ ਨੇ Thank you.
ਬੰਧਨ ਟੁੱਟ ਜਾਂਦੇ ਨੇ ਸਤਿਗੁਰ ਦੀ ਸੰਗਤ ਕਰਕੇ ਬੰਧਨ ਟੁੱਟ ਜਾਂਦੇ ਨੇ ਸਤਿਗੁਰ ਦੀ ਸੰਗਤ ਕਰਕੇ ਸਮੇਂ ਸਿਰ ਆ ਕੇ ਲਾਹੇ ਪ੍ਰਾਪਤ ਕਰੋ। ਇਹ ਅੰਮ੍ਰਿਤ ਬਾਣੀ ਦਾ ਜੋ ਆਨੰਦ ਵਰਸਦਾ ਉਹ ਇੱਥੇ ਜੋ ਅੱਠ ਦੀਵਾਨਾਂ ਦਾ ਸਮਾਂ ਹੈ ਇਹਦੇ ਵਿੱਚੋਂ ਤਿੰਨ ਦੀਵਾਨ ਸਰਵਣ ਕਰ ਚੁੱਕੇ ਹੋ। ਪਿਆਰ ਨਾਲ ਹੋਰ ਵੀ ਅੰਮ੍ਰਿਤ ਆਨੰਦ ਸਰਵਣ ਕਰਦੇ ਜਾਵਾਂਗੇ। ਗੁਰੂ ਨਾਨਕ ਦਾ ਜਸ, ਗੁਰੂ ਕਲਗੀ ਵਾਲੇ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਵਿੱਤਰ ਬਾਣੀ ਦਾ। ਆਓ ਸਮੇਂ ਸਿਰ ਆ ਕੇ ਆਪੋ ਆਪਣੇ ਵਿਚਾਰ ਅਨੁਸਾਰ ਸਮੇਂ ਤੋਂ ਲਾਭ ਉਠਾਉਣੇ। ਕੰਮ ਧੰਦੇ ਤੋਂ ਚੱਲਦੇ ਹੀ ਰਹਿੰਦੇ ਨੇ, ਉਹਨਾਂ ਨੂੰ ਪਹਿਲਾਂ ਸਮੇਂ ਤੋਂ ਪਹਿਲਾਂ ਨਿਬੇੜ ਲਿਆ ਕਰੋ ਔਰ ਇੱਥੇ ਸਥਾਨ 'ਤੇ ਆ ਕੇ ਪਿਆਰ ਨਾਲ ਆਪ ਨੂੰ ਕੱਲ੍ਹ ਦੱਸਿਆ ਸੀ ਪਹਿਲਾ ਸਮਾਂ ਉੱਥੇ ਦਾ ਵੇ। ਧੰਨ ਗਏ ਪਿਆਰਿਓ, ਧੰਨ ਗਏ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਗਏ ਗੁਰੂ ਅੰਗਦ ਸਾਹਿਬ ਜੀ, ਧੰਨ ਗਏ
ਨਾਨਕੇ ਗੁਰੂ ਅਰਜਨ ਸਾਹਿਬ ਜੀ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ